ਮੇਰੇ ਖਿਆਲ 'ਚ ਬੱਚੇ ਸਵਾਲ ਕਰ ਲੈਣ ਤਾਂ ਫਿਰ ਸੌਖਾ ਰਹੇ ਜੇ ਗੱਲਬਾਤ ਕਰਨੀ, ਕਿਉਂਕਿ ਜੇ ਮੈਂ ਇੱਕ ਪਾਸੜ ਬੋਲਾਂ ਤਾਂ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਸੱਚੀ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਕਿਸੇ ਨੂੰ ਪੜ੍ਹਿਆ ਨਹੀਂ ਹੁੰਦਾ ਉਨ੍ਹਾਂ ਚਿਰ ਤੱਕ ਤੁਸੀਂ ਹੁਣ ਬੈਠੇ ਹੋ, ਤਿੰਨ ਸਿਆਣੇ ਬੰਦਿਆਂ ਨੇ ਮੇਰੇ ਬਾਰੇ ਗੱਲ ਕੀਤੀ ਆ। ਮੈਂ ਇਹ ਕਹਿੰਦਾ ਹੁੰਦਾ ਹੈ ਕਿ ਜਿਹਨੂੰ ਤਾਂ ਪਤਾ ਆ ਕਿ ਵਰਿਆਮ ਸਿੰਘ ਸੰਧੂ ਕੀ ਆ, ਉਹਨੂੰ ਉਹਦਾ ਨਾਂ ਹੀ ਲੈ ਦਿਓ ਅਤੇ ਵਰਿਆਮ ਸਿੰਘ ਸੰਧੂ ਪੂਰੇ ਦਾ ਪੂਰਾ ਉਹਦੇ ਅੰਦਰ ਲਿਸ਼ਕਾਉਣਾ ਆ। ਉਹਨੂੰ ਦੂਜੀ ਗੱਲ ਉਹਦੇ ਬਾਰੇ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ, ਵੀ ਸੰਧੂ ਕੀ ਆ ਅਤੇ ਕੀ ਨਹੀਂ ਹੈਗਾ। ਅਤੇ ਜਿਹਨੇ ਪੜ੍ਹਿਆ ਨਹੀਂ ਹੋਇਆ ਉਹਨੂੰ ਤੁਸੀਂ ਭਾਵੇਂ 2 ਘੰਟੇ ਉਹਦੇ ਬਾਰੇ ਬੋਲ ਦਿਓ, ਅਗਲੇ ਦੇ ਉੱਤੇ ਕੋਈ ਅਸਰ ਨਹੀਂ ਗਾ ਆਉਣਾ। ਉਹ ਆਖਣਗੇ ਚੱਲ ਤੂੰ ਕਹਿੰਦਾ ਤੇਰੀ ਗੱਲ ਮੰਨ ਤਾਂ ਲੈਂਦੇ ਆ, ਪਰ ਉਹਨਾਂ ਦਾ ਅੰਦਰ ਨਹੀਂ ਗਾ ਇਹ ਗੱਲ ਮੰਨਦਾ, ਠੀਕ ਹੈ ਨਾ। ਤਾਂ ਉਹਨਾਂ ਦਾ ਕੋਈ ਸੌਰ ਨਹੀਂ ਲੱਗਾ ਮੈਨੂੰ ਪਤਾ। ਇਸ ਕਰਕੇ ਇਹ ਤਾਂ ਮੇਰੇ ਮਿਹਰਬਾਨ ਨੇ, ਮੁਹੱਬਤੀ ਨੇ, ਮੇਰੀ ਇੱਜ਼ਤ ਕਰਨ ਵਾਲੇ ਨੇ, ਇਹਨਾਂ ਮੇਰੀ ਤਾਰੀਫ ਕਰ ਦਿੱਤੀ, ਪਰ ਉਹ ਤਾਰੀਫ ਤੁਹਾਡੇ ਦਿਲ 'ਚ ਨਹੀਂ ਵੀ ਬੈਠ ਸਕਦੀ ਜਿੰਨਾ ਚਿਰ ਤੱਕ ਤੁਸੀਂ ਮੇਰੀ ਕਹਾਣੀ ਪੜ੍ਹੀ ਨਹੀਂ ਹੁੰਦੀ। ਤਾਂ ਮੈਂ ਚਾਹਾਂਗਾ ਕਿ ਤੁਸੀਂ ਕੁਝ ਸਵਾਲ ਜੇ ਕਰੋ, ਜੇ ਮੈਂ ਹੁਣ ਇੱਕ ਤਰਫਾ ਬੋਲੀ ਜਾਵਾਂ ਤਾਂ ਮੈਂ ਆਪਣੇ ਨੂੰ ਮੀਆਂ ਮਿੱਠੂ ਬਣੀ ਜਾਵਾਂ, ਮੈਂ ਇਹ ਹਾਂ ਮੈਂ ਉਹ, ਗੱਲ ਬਣਦੀ ਨਹੀਂ। ਕਰੋ ਸਵਾਲ ਵੀ ਫਿਰ ਗੱਲ ਕਰਦੇ। ਕਹਾਣੀਆਂ ਲਿਖੀਆਂ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਔਰ ਕਿਹੜਾ ਤੁਹਾਡਾ ਮਨਪਸੰਦ ਜਿਹੜਾ ਉਹ ਲਿਖਾਰੀ ਹੈ ਉਹਦੇ ਬਾਰੇ ਕੁਛ ਦੱਸੋ। ਇਹ ਤਾਂ ਐਵੇਂ ਤੂੰ ਸਵਾਲ ਕਰ ਦਿੱਤਾ ਔਖਾ, ਮੈਂ ਵੀ ਕਹਿ ਦਿੱਤਾ ਵੀ ਸਵਾਲ ਕਰੋ ਤੇ ਮੈਂ ਤੈਨੂੰ ਜਵਾਬ ਦੇਵਾਂ। ਕੱਲ ਪਰਸੋਂ ਅਸੀਂ ਆਏ ਸੀ ਕਿਤੇ, ਮੈਨੂੰ ਕਹਿੰਦੇ ਸੀ ਵੀ ਤੁਹਾਡਾ ਇੱਧਰਲੇ ਪਾਸਿਓਂ ਕਿਹੜਾ ਮਨਪਸੰਦ ਕਹਾਣੀਕਾਰ ਹੈਗਾ, ਅਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਆਪਸ ਵਿੱਚ ਵੀ ਇੱਕ ਦੂਜੇ ਦੇ ਯਾਰ ਬੇਲੀ ਨੇ। ਅਤੇ ਮੈਂ ਲਿਆ ਸੀ ਖਾਲਦ ਫਰਹਾਦ ਦਾ ਨਾਂ ਕਿ ਮੈਨੂੰ ਸਭ ਤੋਂ ਪਸੰਦ ਕਹਾਣੀਕਾਰ ਇਸ ਪਾਸਿਓਂ ਉਹ ਆ। ਕਹਾਣੀ ਤੁਸੀਂ ਇਹਦੀ ਵੀ ਕੋਈ ਨਹੀਂ ਪੜ੍ਹੀ ਮੈਨੂੰ ਪਤਾ, ਹੈ ਨਾ, ਠੀਕ ਹੈ। ਪਰ ਇਹਦੀਆਂ ਕਹਾਣੀਆਂ ਜ਼ਰੂਰ ਪੜ੍ਹੋ, ਇਸ ਪਾਸੇ ਤੋਂ ਸਭ ਤੋਂ ਸੋਹਣੀ ਕਹਾਣੀ ਲਿਖਣ ਵਾਲਾ ਇਹ ਮੁੰਡਾ ਆ। ਅਤੇ ਅਸਲੀ ਗੱਲ ਤੁਹਾਨੂੰ ਕੋਈ ਚੰਗਾ ਪਤਾ ਕਿਉਂ ਲੱਗਦਾ? ਚੰਗਾ ਇਸ ਕਰਕੇ ਲੱਗਦਾ ਹੈ ਕਿਉਂਕਿ ਉਹਦੇ ਵਿੱਚੋਂ ਤੁਹਾਨੂੰ ਆਪਣਾ ਝਲਕਾਰਾ ਮਿਲਦਾ ਹੈ, ਆਪਣੇ ਇਸ਼ਕ ਮਿਲਦੀ ਇੱਕ। ਕਿਉਂਕਿ ਜਿਹੜੇ ਮਸਲਿਆਂ ਨੂੰ ਲੈ ਕੇ ਮੈਂ ਲਿਖਦਾ, ਮੇਰੀ ਕਹਾਣੀ ਸਿਰਫ ਨਰੋਲ ਜਿਹੜੇ ਅੰਦਰ ਦਾ ਗੁੱਪ ਗੁਪਾਟ ਆ ਕਿ ਨਹੀਂ, ਨਰੋਲ ਅੰਦਰ ਦੀਆਂ ਗੱਲਾਂ ਨੇ ਉਹ ਉਹਦੇ ਨਾਲ ਜਿਹੜੀ ਹੈਗੀ, ਮੈਂ ਕਿ ਮੇਰੀ ਕਹਾਣੀ ਹੈ ਜੋ ਕੁਝ ਸਾਡੇ ਆਸੇ ਪਾਸੇ ਵਰਤ ਰਿਹਾ ਆ, ਉਹ ਜੋ ਵਰਤ ਰਿਹਾ ਆ ਉਹ ਸਾਡੇ ਅੰਦਰ ਦੇ ਉੱਤੇ ਕਿਵੇਂ ਅਸਰ ਅੰਦਾਜ਼ ਹੁੰਦਾ, ਔਰ ਸਾਡੇ ਰਿਸ਼ਤਿਆਂ 'ਤੇ ਕਿਵੇਂ ਅਸਰ ਅੰਦਾਜ਼ ਹੁੰਦਾ, ਸਾਡੀ ਜ਼ਿੰਦਗੀ 'ਤੇ ਕਿਵੇਂ ਅਸਰ ਅੰਦਾਜ਼ ਹੁੰਦਾ, ਉਹ ਭਾਵੇਂ ਪੋਲੀਟਿਕਸ ਆ, ਉਹ ਭਾਵੇਂ ਰਿਲੀਜਨ ਆ, ਉਹ ਭਾਵੇਂ ਇਕਨੋਮਿਕਸ ਹੈਗੀ ਆ। ਇਹ ਮੇਰੀ ਕਹਾਣੀ ਜਿਹੜੀ ਆ ਇਹਨਾਂ ਸਾਰੇ ਨੁਕਤਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਕਿ ਧਰਮ ਦਾ ਦੋਗਲਾਪਣ ਜਿਹੜਾ ਆ ਉਹ ਸਾਡੇ ਰਿਸ਼ਤਿਆਂ ਉੱਤੇ, ਸਾਡੇ ਜੀਵਨ ਦੇ ਵਿਹਾਰ ਦੇ ਉੱਤੇ ਕੀ ਅਸਰ ਪਾਉਂਦਾ ਆ, ਆਰਥਿਕਤਾ ਜਿਹੜੀ ਆ ਉਹ ਸਾਡੇ ਜ਼ਿੰਦਗੀ ਉੱਤੇ ਕੀ ਅਸਰ ਪਾਉਂਦੀ ਆ, ਇਸੇ ਤਰ੍ਹਾਂ ਹੀ ਪੋਲੀਟਿਕਸ ਜਿਹੜੀ ਆ ਉਹ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪਾਉਂਦੀ ਆ, ਇਹ ਸਾਰੇ ਕੁਛ ਨੂੰ ਜਿਹੜਾ ਹੈ ਉਹ ਮੈਂ ਆਪਣੀ ਕਹਾਣੀ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਆਰਥਿਕਤਾ ਦੀ ਗੱਲ ਕਰਦਿਆਂ ਕਰਦਿਆਂ ਮੈਨੂੰ ਮੇਰੀਆਂ ਕਹਾਣੀਆਂ ਸਾਰੀ ਜਿਵੇਂ ਆਰਥਿਕਤਾ ਦੀ ਗੱਲ ਹੀ ਹੈ ਕਿ ਪਿਓ ਜਿਹੜਾ ਆ
ਉਹ ਆਪਣੇ ਪਿਓ ਨੂੰ ਆਈਡੀਅਲ ਸਮਝਦਾ ਹੈ ਪੁੱਤ ਜਿਹੜਾ, ਕਿ ਮੇਰਾ ਪਿਓ ਆਹ ਸੀ, ਮੇਰਾ ਪਿਓ ਇਸ ਤਰ੍ਹਾਂ ਕਬੱਡੀ ਖੇਡਦਾ ਹੁੰਦਾ ਸੀ, ਮੇਰਾ ਪਿਓ ਇਸ ਤਰ੍ਹਾਂ ਛਾਲਾਂ ਲਾਉਂਦਾ ਹੁੰਦਾ ਸੀ, ਮੈਂ ਉਹਦੀ ਜਦੋਂ ਉਂਗਲ ਫੜ ਕੇ ਤੁਰਦਾ ਸੀ ਅਤੇ ਮਤਲਬ ਉਹਨੂੰ ਇੱਕ ਆਦਰਸ਼ ਮਿਲਦਾ ਆਪਣੇ ਸਾਹਮਣੇ। ਪਰ ਜਦੋਂ ਹੌਲੀ ਹੌਲੀ ਉਹਨੂੰ ਪਤਾ ਲੱਗਦਾ ਕਿ ਘਰ ਦੀ ਜਿਹੜੀ ਜਾਇਦਾਦ ਆ ਉਹ ਇਸ ਤਰੀਕੇ ਨਾਲ ਸਾਡੇ ਪਿਓ ਨੇ ਗਵਾ ਦਿੱਤੀ ਆ, ਅਤੇ ਅਖੀਰ ਅਤੇ ਆਖਰੀ ਰਾਤ ਜਦੋਂ ਘਰ ਦੇ ਸਾਰੇ ਜੀ ਬੈਠੇ ਜਿਵੇਂ ਬੱਟੂ ਸਾਹਿਬ ਨੇ ਦੱਸਿਆ, ਅਤੇ ਉਹਨੂੰ ਉਹ ਜਦੋਂ ਕਹਿੰਦਾ ਵੀ ਆਪਾਂ ਆਪਣੇ ਛੋਟੇ ਭਰਾ ਨੂੰ ਕਹਿੰਦਾ ਵੀ ਆਪਾਂ ਉਹ ਫਲਾਣੀ ਜਿਹੜੀ ਉਤਲਾ ਕਿੱਲਾ ਕਿ ਨਹੀਂ ਉਤਲਾ ਪੈਲੀ ਉਹ 'ਚ ਆਪਾਂ ਆਹ ਕਰ ਲਵਾਂਗੇ, ਦੂਜੇ 'ਚ ਆਹ ਕਰ ਲਵਾਂਗੇ, ਅਤੇ ਉਹ ਦੱਸੀ ਜਾਂਦਾ ਵੀ ਉਹ ਤਾਂ ਫਲਾਣਿਆਂ ਨੂੰ ਗਹਿਣੇ ਕੀਤੀ ਹੋਈ ਆ, ਉਹ ਤਾਂ ਫਲਾਣਿਆਂ ਕੋਲੋਂ ਪੈਸੇ ਫੜੇ ਹੋਏ ਸੀ। ਫਲਾਣਾ ਆਇਆ ਸੀ ਇੱਕ ਦਿਨ ਅਤੇ ਉਹ ਕਹਿੰਦਾ ਸੀ ਤੁਹਾਡੇ ਪਿਓ ਨੇ ਮੇਰੇ ਕੋਲ ਇੰਨੇ ਪੈਸੇ ਲਏ ਹੋਏ ਆ, ਉੱਪਰ ਨੋਟ ਵਿਖਾਉਣ ਡਿਆ ਸੀਗਾ, ਅਤੇ ਉਹ ਹੈਰਾਨ ਹੋਈ ਜਾਂਦਾ, ਸਿਰ 'ਚ ਕਰਾਉਣ ਲੱਗ ਪੈਂਦਾ ਵੀ ਮੈਂ ਤਾਂ ਸੋਚਦਾ ਸੀਗਾ ਵੀ ਚਲੋ ਮੈਂ ਆਪਣੇ ਕੋਲੋਂ ਕੁਝ ਪੈਸੇ ਪਾਵਾਂਗਾ ਅਤੇ ਛੋਟੇ ਭਰਾ ਦੀ ਮਦਦ ਕਰਾਂਗਾ ਅਤੇ ਅਸੀਂ ਰਲ ਕੇ ਘਰ ਦੀ ਵਾਹੀ ਤੋਰ ਲਵਾਂਗੇ। ਅਤੇ ਉਹ ਆਉਂਦਾ ਮਾਂ ਆਪਣੀ ਨੂੰ ਕਹਿੰਦਾ ਆਹਦਾ ਮਾਤਾ ਤੂੰ ਚੰਗੀ ਆ, ਮੇਰੇ ਅੱਗੇ ਤੂੰ ਧੋਖੀ ਨਹੀਂ ਕੱਢੀ ਕੋਈ ਵੀ ਆਹ ਸਾਰਾ ਕੁਛ ਘਰ 'ਚ ਵਾਪਰ ਗਿਆ, ਆਹ ਸਾਰਾ ਕੁਝ ਆਪਣਾ ਗੁਆਚ ਗਿਆ। ਅਤੇ ਉਹ ਕਹਿੰਦੀ ਆ ਵੀਰਾ ਤੂੰ ਤਾਂ ਉੱਦਾਂ ਹੀ ਘਰ ਦਾ ਲਟੰਕਾ ਛੱਡਿਆ ਹੋਇਆ ਸੀ, ਤੂੰ ਤਾਂ ਕਦੀ ਪੁੱਛਿਆ ਹੀ ਨਹੀਂ ਸੀ ਸਾਨੂੰ, ਕਿਉਂਕਿ ਜਿਹੜੇ ਇੱਕ ਵਾਰ ਘਰੋਂ ਨਿਕਲ ਜਾਂਦਾ ਸ਼ਹਿਰਾਂ 'ਚ ਚਲੇ ਜਾਂਦਾ ਉਹ ਆਪਣੇ ਨਿੱਜ ਦੇ ਉੱਤੇ ਹੋ ਜਾਂਦਾ, ਉਹ ਪਿਛਲਿਆਂ ਨੂੰ ਛੱਡ ਦਿੰਦਾ। ਤਾਂ ਉਹ ਵੀ ਇਹਦੇ ਵਿੱਚ ਗੱਲ ਸੀਗੀ, ਤਾਂ ਜਦੋਂ ਉਹਨੂੰ ਪਤਾ ਲੱਗਦਾ ਵੀ ਸਾਰਾ ਕੁਛ ਹੋ ਗਿਆ ਅਤੇ ਉਹ ਕਹਿੰਦਾ ਉਹ ਅਫਸੋਸ ਕਰਦਾ ਕਿ ਸਾਰਾ ਕੁਝ ਮੇਰੇ ਨਾਲ ਤੁਸੀਂ ਲੁਕਾ ਕੇ ਕਿਉਂ ਰੱਖਿਆ। ਅਤੇ ਉਹਦਾ ਜਿਹੜਾ ਛੋਟਾ ਭਰਾ ਆ ਨਾ ਉਹ ਕਹਿੰਦਾ ਭਾਅ ਜੀ ਮੈਂ ਤਾਂ ਇੰਨਾ ਚੰਗਾ ਹੋ ਗਿਆ, ਅਜੇ ਵੀ ਮੇਰੇ ਸਿਰ ਤੁਰ ਗਿਆ, ਨਹੀਂ ਤਾਂ ਜਿਹੜੇ 2 ਕਿੱਲੇ ਸੀ ਉਹ ਵੀ ਉਹਨੇ ਵੇਚ ਕੇ ਖਾ ਜਾਣੇ ਸੀ। ਅਤੇ ਜਦੋਂ ਇਹ ਗੱਲ ਕਹਿੰਦਾ ਨਾ ਅਤੇ ਫਿਰ ਉਹ ਫਿੱਕਾ ਜਿਹਾ ਹਾਸਾ ਹੱਸਦਾ ਛੋਟਾ ਭਰਾ, ਅਤੇ ਘਰ ਦੇ ਸਾਰੇ ਜੀਅ ਜਿਹੜੇ ਨੇ ਉਹਨਾਂ ਵਿੱਚੋਂ ਕੋਈ ਵੀ ਨਿਗਾਹ ਬੋਲਦਾ ਇਸ ਤਰ੍ਹਾਂ ਲੱਗਦਾ ਕਿ ਉਸ ਛੋਟੇ ਭਰਾ ਦਾ ਆਖਿਆ ਹੋਇਆ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਜੋ ਉਹਨੇ ਕਿਹਾ ਵੀ ਇਹ ਠੀਕ ਹੈ। ਤਾਂ ਮਤਲਬ ਕੀ ਹੈ, ਆਰਥਿਕਤਾ ਜਿਹੜੀ ਹੈ ਉਹ ਤੁਹਾਡੇ ਰਿਸ਼ਤਿਆਂ ਦੇ ਉੱਤੇ ਕਿਵੇਂ ਅਸਰ ਅੰਦਾਜ਼ ਹੁੰਦੀ ਹੈ, ਜਿਹੜਾ ਉਹ ਮੁਹੱਬਤ ਦਾ ਪਿਆਰ ਦਾ ਵਾਤਸਲ ਦਾ ਮਮਤਾ ਦਾ ਰਿਸ਼ਤਾ ਸੀ ਉਹ ਕਿਵੇਂ ਇੱਕਦਮ ਹੁੰਦਾ ਵੀ ਜਿਹਦੀ ਲੋੜ ਸੀ ਵੀ ਉਹ ਸਾਡੇ ਅੰਗ ਸੰਗ ਰਹਿੰਦਾ ਸਦਾ, ਉਹ ਕਹਿੰਦੇ ਚੰਗਾ ਸਾਡੇ ਤੋਂ ਨਿਖਰ ਗਿਆ। ਆਰਥਿਕਤਾ ਦੀ ਇੱਕ ਹੋਰ ਨਿੱਕੀ ਜਿਹੀ ਗੱਲ, ਮੈਂ ਲੰਬੀਆਂ ਕਹਾਣੀਆਂ ਲਿਖੀਆਂ ਵੀ ਇੱਕ ਨਿੱਕੀ ਗੱਲ ਤੁਹਾਨੂੰ ਹੋਰ ਸੁਣ, ਨਿੱਕੀ ਕਹਾਣੀ ਮੇਰੀ ਕਾਲੀ ਧੁੱਪ ਦਾ ਨਾਂ ਸੀਗਾ, ਉਹ ਅੱਜ ਤੋਂ 52-53 ਸਾਲ ਪਹਿਲਾਂ ਦੀ ਛਪੀ ਆ, ਸ਼ਾਇਦ ਤੁਹਾਡਾ ਕੋਈ ਬਾਪੂ ਵੀ ਉਸ ਵੇਲੇ ਮਸਾਂ ਜੰਮਿਆ ਹੀ ਹੋਵੇ, ਹੈ ਨਾ। ਤਾਂ ਉਹ ਕਹਾਣੀ ਹੈ ਕਿ ਮਾਵਾਂ ਧੀਆਂ 2 ਗਰੀਬ ਘਰ ਦੀਆਂ ਵਾਢੀਆਂ ਅਤੇ ਕਣਕਾਂ ਦੇ ਦੇਣ ਨੇ ਅਤੇ ਉਹ ਸਿੱਟੇ ਚੁਣਦੀਆਂ ਪਈਆਂ ਨੇ, ਅਤੇ ਉਹ ਸਿੱਟੇ ਚੁਣ ਚੁਣ ਕੇ ਅਤੇ ਸਾਂਭਦੀਆਂ ਪਈਆਂ ਨੇ, ਜਿਨ੍ਹਾਂ ਨੂੰ ਉਹਨੇ ਮੁੜ ਕੇ ਕੁੱਟ ਕੇ ਅਤੇ ਕਣਕ ਕੱਢ ਕੇ ਅਤੇ ਆਪਣਾ ਘਰ ਦਾ ਗੁਜ਼ਾਰਾ ਕਰਨਾ ਆ, ਅਤੇ ਵੱਢ ਦੇ ਵਿੱਚੋਂ ਵੱਢ 'ਚੋਂ, ਅਤੇ ਉਹ ਥਕਾਵਟ ਹੈ, ਪਸੀਨਾ ਚੋਰਿਆ, ਜਿਹੜੀ ਮੁਟਿਆਰ ਕੁੜੀ ਆ ਉਹ ਕਿਸੇ ਬੇਰੀ ਦੀ ਛਾਵੇਂ ਬਹਿ ਜਾਂਦੀ ਥੱਕ ਕੇ ਅਤੇ ਦੇਖਦੀ ਆ, ਕਿਉਂਕਿ ਉਸ ਵੇਲੇ ਅਜੇ ਕਾਰਾਂ ਨਹੀਂ ਸਨ ਹੈਗੀਆਂ, ਉਸ ਵੇਲੇ ਹੋਰ ਸਹੂਲਤਾਂ ਨਹੀਂ ਸਨ ਹੈਗੀਆਂ, ਅਤੇ ਪਿੰਡ ਦੇ ਵੱਡੇ ਸਰਦਾਰਾਂ ਦੀਆਂ 2 ਕੁੜੀਆਂ ਬੱਸ ਤੋਂ ਉਤਰਦੀਆਂ ਨੇ, ਕਾਲਜ ਤੋਂ ਪੜ੍ਹ ਕੇ ਆਈਆਂ ਨੇ ਸ਼ਹਿਰੋਂ, ਸਿਰ 'ਤੇ ਛਤਰੀਆਂ ਤਾਣੀਆਂ ਹੋਈਆਂ ਨੇ, ਸੋਹਣੇ ਕੱਪੜੇ ਨੇ, ਐਨਕਾਂ ਲਾਈਆਂ ਹੋਈਆਂ ਨੇ, ਅਤੇ ਹੱਸਦੀਆਂ ਹੱਸਦੀਆਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ, ਡੰਡੀਆਂ ਡੰਡੀ ਕੋਲਦੀ ਲੱਗਦੀਆਂ ਨੇ। ਅਤੇ ਕੁੜੀ ਜਿਹੜੀ ਆ ਉਹ ਮਾਂ ਨੂੰ ਪੁੱਛਦੀ ਆ, ਮਾਂ ਨੀ ਮਾਂ ਇਹ ਬਹੁਤਾ ਹਾਸਾ ਕਦੋਂ ਆਉਂਦਾ ਆ ਖਿੜ ਖਿੜਾ ਕੇ, ਅਤੇ ਮਾਂ ਕਹਿੰਦੀ ਆ ਪੁੱਤ ਜਦੋਂ ਜਵਾਨੀ ਹੋਵੇ
ਉਦੋਂ ਖਿੜਖਿੜਾ ਕੇ ਹਾਸਾ ਆਉਂਦਾ ਬੇਫਿਕਰੀ ਵਾਲਾ। ਤੇ ਕੁੜੀ ਅੱਗੋਂ ਜਵਾਬ ਦਿੰਦੀ ਆ, ਹਾਏ ਨੀ ਮਾਂ, ਇਹ ਤੇ ਪਿਛਲੇ ਸਾਲ ਬੜਾ ਆਇਆ ਸੀ। ਕਹਿਣ ਦਾ ਮਤਲਬ ਇਹ ਆ ਕਿ ਗਰੀਬ ਨੂੰ ਪਤਾ ਨੀ ਲੱਗਦਾ ਕਦੋਂ ਜਵਾਨੀ ਆਈ ਤੇ ਕਦੋਂ ਲੰਘ ਗਈ। ਉਹ ਕਹਿੰਦੀ ਮਾਂ, ਇਹ ਤੇ ਪਿਛਲੇ ਸਾਲ ਬੜਾ ਆਇਆ ਸੀਗਾ। ਤੋ ਇਹ ਆ ਆਰਥਿਕਤਾ, ਜਿਹੜੀ ਤੁਹਾਡੀ ਜਵਾਨੀ ਵੀ ਖਾ ਜਾਂਦੀ ਹੈ, ਜਿਹੜੀ ਤੁਹਾਡੀ ਜ਼ਿੰਦਗੀ ਵੀ ਖਾ ਜਾਂਦੀ ਹੈ। ਤੋ ਇਹ ਜੀ ਕਹਾਣੀਆਂ ਦੇ ਵਿੱਚ ਅਨੇਕਾਂ ਹੋਰ ਰੰਗ ਨੇ ਜਿਹੜੇ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਆਪਣੀ ਦੇ ਵਿੱਚ। ਤੋ ਕੋਈ ਬਾਕੀ ਬੁਨਿਆਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਉਹ ਹੀ ਕਰ ਦਿੰਦਾ ਵਾ, ਤੁਸੀਂ ਸਵਾਲ ਕੀ ਕਰਨੇ ਆ ਅਤੇ ਜਵਾਬ ਕੀ ਦੇਣੇ, ਫਿਰ ਲੰਬੀ ਚੌੜੀ ਗੱਲ ਆਪਾਂ ਵਾਪਸ ਜਾਣਾ ਵੀ ਆ। ਹਾਂਜੀ, ਇੱਕ ਤਾਂ ਗੱਲ ਜਿਹੜੀ ਆ ਨਾ ਬੁਨਿਆਦੀ ਤੌਰ ਉੱਤੇ ਉਹ ਇਹ ਹੈ ਕਿ ਮੇਰੀ ਕਹਾਣੀ ਜਿਹੜੀ ਹੈ ਕਿ ਨਹੀਂ, ਉਹ ਤਿੰਨ ਚੀਜ਼ਾਂ ਹੁੰਦੀਆਂ ਨੇ ਕਹਾਣੀ ਵਿੱਚ। ਅਤੇ ਇੱਕ ਹੁੰਦੀ ਤੁਸੀਂ ਉਹਦਾ ਕੰਟੈਂਟ ਕੀ ਲੈ ਰਹੇ ਹੋ, ਠੀਕ ਹੈ ਨਾ, ਅਤੇ ਦੂਜੀ ਹੈਗੀ ਆ ਕਿ ਉਹ ਕਹਾਣੀ ਜਿਹੜੀ ਤੁਸੀਂ, ਜਿਹੜਾ ਜੌਨਰ ਹੈਗਾ ਆ, ਉਸ ਕੰਟੈਂਟ ਨੂੰ ਤੁਸੀਂ ਉਸ ਜੌਨਰ ਦੇ ਵਿੱਚ ਕਿਵੇਂ ਢਾਲਦੇ ਹੋ, ਠੀਕ ਹੈ ਨਾ। ਕਿ ਉਹ ਕਹਾਣੀ ਤੁਸੀਂ ਵਸਤੂ 'ਤੇ ਕੋਈ ਲੈ ਲਈ, ਪਰ ਕੀ ਉਹ ਕਹਾਣੀ ਕਹਿੰਦਿਆਂ ਕਹਾਣੀ ਬਣੀ ਵੀ ਹੈ ਕਿ ਨਹੀਂ ਬਣੀ, ਇਹ ਵੀ ਬੁਨਿਆਦੀ ਗੱਲ ਹੈਗੀ ਹੈ, ਉਹਨੂੰ ਕਹਾਣੀ ਬਣਨਾ ਚਾਹੀਦਾ। ਤੀਜੀ ਗੱਲ ਹੈਗੀ ਆ ਨਜ਼ਰੀਆ ਤੁਹਾਡਾ ਲੇਖਕ ਦਾ ਜਿਹੜਾ, ਕਿਉਂਕਿ ਜਿਹੜਾ ਨਜ਼ਰੀਆ ਆ ਉਹ ਹੀ ਸਾਰੀ ਗੱਲ ਨੂੰ ਬੁਲਾਈ ਦੇ ਕੇ ਅਤੇ ਕਹਾਣੀ ਬਣਾਉਣ ਦੇ ਵਿੱਚ ਜਿਹੜਾ ਨਾ ਉਹ ਅਸਰ ਅੰਦਾਜ਼ ਹੁੰਦਾ ਹੈ। ਮੇਰੀ ਕਹਾਣੀ ਲੈ ਦੇ ਕੇ ਫਕਤ ਆਪਣੇ ਪਾਸ ਇੱਕ ਨਜ਼ਰ ਹੀ ਤੋ ਹੈ, ਕਿਉਂ ਦੇਖੇ ਦੁਨੀਆ ਕੋ ਕਿਸੀ ਔਰ ਕੀ ਨਜ਼ਰ ਸੇ ਹਮ। ਲੇਖਕ ਦਾ ਨਜ਼ਰੀਆ ਜਿਹੜਾ ਨਾ ਉਹਦੀ ਰਚਨਾ ਨੂੰ ਬਣਾਉਂਦਾ ਆ, ਉਹਦੀ ਕ੍ਰੀਏਸ਼ਨ ਨੂੰ ਬਣਾਉਂਦਾ, ਕਿ ਉਹ ਗੱਲ ਨੂੰ ਪੇਸ਼ ਕਿਵੇਂ ਕਰਦਾ। ਤੁਸੀਂ ਗੱਲ ਦੁੱਖ ਦੀ ਕਰੋ, ਮੈਂ ਕਹਿੰਦਾ ਹੁੰਦਾ ਕਿ ਦੁੱਖ ਜ਼ਿੰਦਗੀ ਦੀ ਹਕੀਕਤ ਹੈ, ਤੁਸੀਂ ਦੁੱਖ ਤੋਂ ਬਚ ਹੀ ਨਹੀਂ ਸਕਦੇ, ਪਰ ਲੇਖਕ ਦਾ ਫਰਜ਼ ਹੈ ਕਿ ਉਹ ਦੁੱਖ, ਸੰਘਣੇ ਦੁੱਖ ਦੀ ਬਾਤ ਪਾਵੇ, ਜੰਮ ਜੰਮ ਪਾਵੇ, ਪਰ ਕਿਉਂਕਿ ਦੁੱਖ ਤਾਂ ਸੱਚ ਆ, ਉੱਤੋਂ ਤਾਂ ਵਿਚਾਰ ਨਹੀਂ ਹੋਣਾ, ਤੁਸੀਂ ਉਸ ਦੁੱਖ ਦੀ ਬਾਤ ਪਾਉਂਦਿਆਂ ਪਾਉਂਦਿਆਂ ਜ਼ਿੰਦਗੀ ਦੀਆਂ ਸਾਰੀਆਂ ਨੁਕਰਾਂ ਦੇ ਵੱਲ ਪੜ੍ਹਨ ਵਾਲੀ ਦੀ ਝਾਤੀ ਵੀ ਪਵਾ ਦਿਓ ਕਿ ਇਹ ਦੁੱਖ ਜਿਹੜਾ ਇਸ ਦੁੱਖ ਦੇ ਇੱਥੇ ਇੱਥੇ ਕਾਰਨ ਪਏ ਹੋਏ ਨੇ, ਇਹਨਾਂ ਕਾਰਨਾਂ ਕਰਕੇ ਬੰਦਾ ਦੁੱਖ ਦੇ ਵਿੱਚ ਹੈਗਾ, ਇਸ ਦੁੱਖ ਨੂੰ ਕਿਵੇਂ ਪਾਰ ਕਰਾਂਗੇ, ਇਸ ਪਹਾੜ ਨੂੰ ਕਿਵੇਂ ਪਾਰ ਕਰਾਂਗੇ। ਅਤੇ ਕਈ ਦਿਲ ਵੀ ਛੱਡ ਜਾਂਦੇ ਨੇ, ਕਈ ਜਾਨ ਵੀ ਗਵਾ ਲੈਂਦੇ ਨੇ, ਪਰ ਜਦੋਂ ਅਸੀਂ ਉਸ ਦੁੱਖ ਦੀ ਹਿੱਕ 'ਤੇ ਪੈਰ ਰੱਖ ਕੇ ਅਗਲੇ ਪਾਸੇ ਚਲੇ ਜਾਂਦੇ ਹਾਂ, ਮੁਸ਼ਕਿਲ ਬੜਾ ਆ, ਦੁੱਖ ਨਾਲ ਲੜਨਾ ਸੌਖਾ ਨਹੀਂ, ਪਰ ਜਦੋਂ ਉਹਦੇ ਪਾਰ ਚਲੇ ਜਾਂਦੇ ਤਾਂ ਫਿਰ ਸਾਲ 6 ਮਹੀਨੇ ਜਦੋਂ ਲੰਘ ਜਾਂਦੇ ਹਨ ਨਾ, ਅਤੇ ਫਿਰ ਪਿੱਛੇ ਭੌਂ ਕੇ ਵੇਖਦੇ ਕਹਿੰਦੇ ਲੈ ਉਹੋ ਹੀ ਸੀ ਨਾ ਦੁੱਖ ਜਿਹਦੇ ਵੱਲ ਦੇਖ ਕੇ ਅਤੇ ਮਰ ਚੱਲੇ ਸਾਂ। ਤੋ ਸਾਡੇ ਲੇਖਕ ਸਨ ਗੁਰਬਖਸ਼ ਸਿੰਘ ਪ੍ਰੀਤ ਜਿਹੜੇ ਉਹ ਕਹਿੰਦੇ ਹੁੰਦੇ ਸਨ, ਜਦੋਂ ਦੁੱਖ ਆਵੇ ਇਹ ਸੋਚੋ ਆਖਰ ਕਦੇ ਕੁਛ ਨਹੀਂ ਆ ਜਾਣੀ, ਇਹ ਦਿਨ ਵੀ ਲੰਘ ਜਾਣਗੇ, ਇਹ ਦਿਨ ਵੀ ਲੰਘ ਜਾਣਗੇ। ਜਦੋਂ ਦੁੱਖ ਆਵੇ ਇਹ ਗੱਲ ਮਨ ਵਿੱਚ ਰੱਖਣੀ ਆ, ਇਹ ਦਿਨ ਲੰਘ ਜਾਣੇ ਨੇ, ਇਸ ਦੁੱਖ ਦੀ ਇੱਕ 'ਤੇ ਪੈਰ ਰੱਖ ਕੇ ਆਪਾਂ ਜਾਣਾ ਹੀ ਜਾਣਾ ਅੱਗੇ, ਇੱਕ ਦੇ ਬੱਚੇ ਹੋ ਤੁਹਾਡੇ ਵਾਸਤੇ। ਇਹ ਜਿਹੜੀ ਆ ਮੈਂ ਸੁਨੇਹਾ ਦੇਣਾ ਚਾਹੁੰਦਾ, ਇੱਕ ਵੀ ਸੁਨੇਹਾ ਦੇਣਾ ਚਾਹੁੰਦਾ ਹੈ, ਕਿਉਂਕਿ ਜਿਹੜੇ ਹੁਣ ਜਿਹੜੀਆਂ ਗੱਲਾਂ ਮੇਰੇ ਮਨ 'ਚ ਐਵੇਂ ਲਿਸ਼ਕ ਰਹੀਆਂ ਨੇ ਨਾ, ਉਹ ਮੈਂ ਤੁਹਾਨੂੰ ਦੱਸਦਾ ਪਿਆ। ਮੇਰੇ ਐਵੇਂ ਮੇਰੇ ਮਨ ਵਿੱਚ ਖਿਆਲ ਆ ਗਿਆ, ਮੇਰੀ ਪੋਤਰੀ 5-6 ਸਾਲ ਦੀ ਸੀ ਅਤੇ ਉਹ ਕੈਨੇਡਾ 'ਚ, ਉਹ ਸਕੂਲੇ ਮੈਂ ਉਹਨੂੰ ਲੈ ਕੇ ਜਾਂਦਾ ਹੁੰਦਾ ਸੀਗਾ, ਥੋੜ੍ਹਾ ਜਿਹਾ ਐਵੇਂ ਫਰਲਾਂਗ ਕਵਿੱਥ ਦੇ ਉੱਤੇ ਸੀਗਾ, ਅਸੀਂ
ਤੁਰੇ ਜਾਂਦੇ ਜਾਂਦੇ ਮੈਂ ਉਹਦੇ ਨਾਲ ਗੱਲਾਂ ਕਰਦੇ ਜਾਣਾ। ਮੈਂ ਇੱਕ ਦਿਨ ਨੂੰ ਪੁੱਛਿਆ, ਮੈਂ ਕਿਹਾ ਪੁੱਤ ਸਰਗਮ, ਤੇਰੀ ਨਾ ਮਤਲਬ ਸਭ ਤੋਂ ਚੰਗੀ ਫਰੈਂਡ ਜਿਹੜੀ ਆ ਨਾ ਦੋਸਤ ਤੇਰੀ, ਉਹ ਤੇਰੀ ਕੌਣ ਆ? ਉਹ ਕਹਿੰਦੀ ਆ, ਕਿਉਂਕਿ ਉੱਥੇ ਵੱਖ ਵੱਖ ਕੌਮਾਂ ਦੇ ਧਰਮ ਦੇਸ਼ਾਂ ਦੇ ਬੱਚੇ ਪੜ੍ਹਦੇ ਨੇ, ਉਹ ਕੋਈ ਕੁੜੀ ਆ ਸ਼ੈਵੀ ਨਾਂ ਦੀ, ਉਹ ਕਹਿੰਦੀ ਆ ਵੱਡੇ ਡੈਡੀ ਸ਼ੈਵੀ ਮੇਰੀ ਬਹੁਤ ਚੰਗੀ ਫਰੈਂਡ ਹੈਗੀ ਆ। ਮੈਂ ਠੀਕ ਹੈ, ਵਧੀਆ ਗੱਲ ਆ। ਫਿਰ ਇੱਕ ਦਿਨ ਮੈਂ ਚੌਥੇ ਪੰਜਵੇਂ ਦਿਨ, ਤੇਰੀ ਸਭ ਤੋਂ ਵਧੀਆ ਫਰੈਂਡ ਕੌਣ? ਵੱਡੇ ਡੈਡੀ ਦੱਸਿਆ ਤੇ ਸੀ ਸ਼ੈਵੀ ਆ ਮੇਰੀ ਸਭ ਤੋਂ ਵਧੀਆ ਫਰੈਂਡ। ਮੈਂ ਸਵੇਰੇ ਉਹਨੂੰ ਛੱਡ ਕੇ ਆਉਂਦਾ ਤੇ ਸ਼ਾਮ ਨੂੰ ਉਹਦੀ ਮਾਂ ਕੰਮ ਤੋਂ ਵਾਪਸ ਉਹਦੀ ਘਰ ਲੈ ਆਉਂਦੀ ਹੁੰਦੀ ਸੀਗੀ। ਇੱਕ ਦਿਨ ਉਹਦੀ ਮਾਂ ਨੇ ਦੱਸਿਆ ਵੀ ਇਹ ਆਪਣੀ ਸੱਸ ਨੂੰ ਵੀ ਅੱਜ ਕਿ ਨਹੀਂ ਸਰਗਮ ਜਿਹੜੀ ਆ ਥੋੜ੍ਹੀ ਜਿਹੀ ਉਦਾਸ ਆਈ ਆ, ਅਤੇ ਪੁੱਛਿਆ ਇਹਨੇ ਵੀ ਸਰਗਮ ਨੂੰ ਪੁੱਤ ਕਿਉਂ ਉਦਾਸ ਆ? ਅਤੇ ਉਹ ਇਹਦੀ ਨੂੰਹ ਨੇ ਕਿਹਾ, ਕਹਿੰਦੀ ਉਹ ਮੇਰੇ ਅੱਜ ਮੇਰੇ ਤੋਂ ਨਾ ਸ਼ੈਵੀ ਨੇ ਸ਼ਾਊਟ ਕੀਤਾ ਸੀਗਾ ਜਿਹੜੀ ਉਹਦੀ ਬੈਸਟ ਫਰੈਂਡ ਸੀਗੀ। ਅੱਛਾ, ਉਹ ਖੈਰ ਪਤਾ ਲੱਗਿਆ। ਫਿਰ ਅਗਲੇ ਦਿਨ ਅਸੀਂ ਜਾ ਰਹੇ ਹਾਂ, ਮੈਂ ਕਿਹਾ ਸਰਗਮ ਤੂੰ ਕਿਹੜੀ ਸ਼ੈਵੀ ਮੇਰੀ ਬੈਸਟ ਫਰੈਂਡ ਆ? ਅਤੇ ਕੱਲ੍ਹ ਪਤਾ ਲੱਗਾ ਵੀ ਤੇਰੇ 'ਤੇ ਸ਼ੈਵੀ ਨੇ ਸ਼ਾਊਟ ਕੀਤਾ ਹੈ, ਤੈਨੂੰ ਝਿੜਕਿਆ, ਗੁੱਸੇ ਹੋਈ ਤੇਰੇ ਨਾਲ, ਕੀ ਗੱਲ ਹੋ ਗਈ? ਹੈ ਕਹਿੰਦੀ ਵੱਡੇ ਡੈਡੀ ਗੱਲ ਤਾਂ ਕੋਈ ਨਹੀਂ ਹੋਈ ਸੀ, ਅਸੀਂ ਨਾ ਰਿਸੈਸ ਦੇ ਟਾਈਮ ਨਾ ਬੈਠੀਆਂ ਸੀਗੀਆਂ ਅਤੇ ਅਸੀਂ ਇਹਨੂੰ ਪਜ਼ਲ ਖੇਡਦੀਆਂ ਸੀਗੀਆਂ, ਹੈ ਅਤੇ ਸ਼ੈਵੀ ਜਿਹੜੀ ਸੀ ਨਾ ਉਹਦੀ ਵਾਰੀ ਸੀਗੀ, ਅਤੇ ਜਦੋਂ ਉਹ ਕਰਦੀ ਪਈ ਸੀ ਅਤੇ ਉਹ ਗਲਤ ਕਰਦੀ ਪਈ ਸੀ, ਅਤੇ ਵੈਸੇ ਮੇਰੇ ਮਨ ਵਿੱਚ ਆਇਆ ਕਿ ਇਹਨੂੰ ਮੈਂ ਦੱਸਾਂ ਐਂ ਨਹੀਂ ਅਤੇ ਐਂ ਕਰ ਲਾ, ਤੂੰ ਹੁੰਦਾ ਨਾ ਬੱਚਿਆਂ ਦੇ ਮਨ ਵਿੱਚ ਨਹੀਂ ਐਂ ਕਰ ਲਾ ਫਿਰ ਤੇਰਾ ਠੀਕ ਹੋ ਜੂਗਾ। ਅੰਦੀ ਵੈਸੇ ਮੈਨੂੰ ਕਿਹਾ ਨਹੀਂ ਕੁਛ, ਪਰ ਜਿਹੜੀ ਜੇਨ ਸੀ ਨਾ ਚੀਨੀ ਕੁੜੀ ਕੋਈ, ਉਹਨੇ ਉਹਨੂੰ ਕਹਿ ਦਿੱਤਾ ਵੀ ਤੂੰ ਐਂ ਕਰ ਲਾ ਅਤੇ ਆਹ ਤੇਰਾ ਠੀਕ ਹੋ ਜੂਗਾ। ਅਤੇ ਉਹ ਬੱਚਿਆਂ ਦੇ ਮਨ 'ਚ ਹੁੰਦਾ ਨਾ ਵੀ ਕੰਪਲੀਟ ਮੈਂ ਇਹ ਕਰਨੀ ਸੀ ਵੀ ਤੂੰ ਮੇਰੀ ਖੇਡ ਹੀ ਵਿਗਾੜ ਦਿੱਤੀ, ਅਤੇ ਉਹ ਜੇਨ ਨੂੰ ਕਹਿੰਦੀ ਟੁੱਟ ਕੇ ਪਈ ਸੀਗੀ, ਉਹਨੂੰ ਉਹ ਗੁੱਸੇ ਹੋਈ ਸੀਗੀ। ਅਤੇ ਮੈਂ ਨਾ ਇਹ ਵੀ ਮਨ 'ਚ ਸੋਚਿਆ ਕਿ ਜੇ ਮੈਂ ਕਹਿ ਦਿੱਤੀ ਤਾਂ ਮੈਨੂੰ ਵੀ ਇਸ ਤਰ੍ਹਾਂ ਹੀ ਪੈਣਾ ਸੀਗਾ। ਅਤੇ ਕਹਿੰਦੀ ਮੈਂ ਨਾ ਉੱਠ ਕੇ ਅਤੇ ਪਰਾਂ ਨੂੰ ਤੁਰ ਪਈ, ਅਤੇ ਜੇ ਪਰਾਂ ਨੂੰ ਤੁਰ ਪਈ ਤਾਂ ਸ਼ੈਵੀ ਮੇਰੇ 'ਤੇ ਸ਼ਾਊਟ ਕੀਤੀ ਇਸ ਕਰਕੇ ਵੀ ਮੈਂ ਤੈਨੂੰ ਸਰਗਮ ਥੋੜ੍ਹਾ ਕੁਛ ਕਿਹਾ, ਮੈਂ ਤਾਂ ਜੇਨ ਨੂੰ ਕਿਹਾ ਤੂੰ ਕਿਹਦੇ ਪਰਾਂ ਚਲੇ ਗਈ ਆ। ਅੱਛਾ, ਮੈਂ ਹਾਸੇ ਨਾਲ ਕਿਹਾ, ਮੈਂ ਕਿਹਾ ਤੂੰ ਕਹਿੰਦੀ ਤਾਂ ਹੈਗੀ ਨਾ ਵੀ ਜੇਨ ਉਹ ਮੇਰੀ ਬੈਸਟ ਫਰੈਂਡ ਸੀ, ਫਿਰ ਕਾਹਦੀ ਬੈਸਟ ਫਰੈਂਡ ਹੋਈ? ਅਤੇ ਬਹੁਤ ਗੰਦੀ ਕੁੜੀ ਹੋਈ ਫਿਰ, ਹੈ ਮੈਨੂੰ ਕਹਿੰਦੀ ਲੋ ਵੱਡੇ ਡੈਡੀ ਉਹ ਨਾ ਇੰਨੀ ਕੁ ਗੰਦੀ ਆ ਪਰ ਇੰਨੀ ਚੰਗੀ ਆ, ਇੰਨੀ ਕੁ ਗੰਦੀ ਆ ਪਰ ਉਹ ਇੰਨੀ ਚੰਗੀ ਆ। ਮੈਂ ਉਹਨੂੰ ਗੱਲ ਨਾਲ ਲਾ ਲਿਆ, ਜਿਹੜਾ ਕਹਿੰਦੇ ਨਾ ਕਿ ਬੱਚਾ ਮਨੁੱਖ ਦਾ ਬਾਪ ਹੁੰਦਾ ਹੈ ਨਾ, ਮੈਨੂੰ ਉਸ ਦਿਨ ਇਸ ਗੱਲ ਦੀ ਸਮਝ ਲੱਗੀ। ਮੈਂ ਕਿਹਾ ਵਰਿਆਮ ਸਿਆ ਤੂੰ ਤਾਂ ਸਾਰੀ ਉਮਰ ਹੀ ਨਿਕੰਮਾ ਬੰਦਾ ਰਿਹਾ ਆ, ਜੇ ਕੋਈ ਬੰਦਾ ਤੁਹਾਡਾ ਦੋਸਤ ਸੀਗਾ ਤਾਂ ਉਹਦੇ ਸਾਰੇ ਗੁਨਾਹ ਮਾਫ਼, ਅਤੇ ਜੇ ਉਹ ਕਿਸੇ ਗੱਲ ਤੋਂ ਥੋੜ੍ਹਾ ਜਿਹਾ ਕਿਤੇ ਖਰਾਬ ਹੋ ਗਿਆ ਤਾਂ ਪੂਰਾ ਹੀ ਕਾਂਟਾ ਮਾਰਤਾ ਦੋਸਤੀ ਉੱਤੇ। ਇਸ ਤਰ੍ਹਾਂ ਨਹੀਂ ਬੰਦੇ ਨੂੰ ਦੇਖਣਾ, ਬੰਦੇ ਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ। ਮੈਂ ਤਾਂ ਸਾਰੀ ਜ਼ਿੰਦਗੀ ਮੈਂ ਕਿਹਾ ਇਸ ਤਰ੍ਹਾਂ ਹੀ ਦੇਖਿਆ, ਜਾਂ ਦੋਸਤ ਪੂਰੇ ਦਾ ਪੂਰਾ ਜਾਂ ਦੋਸਤ ਖਤਮ। ਸਰਗਮ ਨੇ ਮੈਨੂੰ ਨਜ਼ਰ ਦਿੱਤੀ ਜ਼ਿੰਦਗੀ ਨੂੰ ਦੇਖਣ ਦੀ, ਉਹ ਕਹਿੰਦੀ ਨਹੀਂ ਬੰਦੇ ਨੂੰ ਉਸ ਤਰ੍ਹਾਂ ਦੇਖੋ ਜੇ ਉਹ ਇੰਨਾ ਚੰਗਾ ਅਤੇ ਇੰਨਾ ਮਾੜਾ ਤਾਂ ਉਹਦੇ ਇੰਨੇ ਮਾੜੇ ਨੂੰ ਮੰਨੋ, ਜੇ ਇੰਨਾ ਚੰਗਾ ਹੈ ਤਾਂ ਉਹਦੇ ਇੰਨੇ ਚੰਗੇ ਨੂੰ ਮੰਨੋ। ਹਾਂਜੀ,
ਤੋ ਇਹ ਵੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ ਅਤੇ ਗੱਲਾਂ ਤਾਂ ਹੋਰ ਬੜੀਆਂ ਪਰ ਟਾਈਮ ਹੋ ਗਿਆ ਜਾਪ ਤੱਕ ਹੈ। ਹਾਂ ਕੋਈ ਹੋਰ ਸਵਾਲ ਕਰਦਾ ਤਾਂ ਕਰ ਲਓ। ਹਾਂਜੀ ਸਰ, ਤੁਹਾਡੀਆਂ ਦੋ ਕਹਾਣੀਆਂ ਇੱਕ ਜਮਰੂਦ ਅਤੇ ਇੱਕ ਚੌਥੀ ਕੋਟ ਦੂਤੇ ਫਿਲਮਾਂ ਬਣ ਚੁੱਕੀਆਂ ਹਨ। ਸਰ ਤੁਸੀਂ ਇੱਕ ਮੰਨਦੇ ਹੋ ਕਿ ਡਾਇਰੈਕਟਰ ਦੇ ਜਿਹੜਾ ਫਿਲਮਾਂ ਦੇ ਵਿੱਚ ਵੇਖਣ ਹਾਰਾ ਤੇ ਤੁਹਾਡਾ ਪੈਗਾਮ ਪਹੁੰਚਾਉਣ 'ਚ ਜ਼ਿਆਦਾ ਕਾਮਯਾਬ ਰਿਹਾ? ਅਸਲ 'ਚ ਜਿਹੜੀ ਨਾ ਫਿਲਮ ਇੱਕ ਵੱਖਰਾ ਮੀਡੀਅਮ ਹੈਗਾ ਅਤੇ ਉਹ ਫਿਲਮ ਹੁੰਦੀ ਆ ਡਾਇਰੈਕਟਰ ਦੀ। ਕਹਾਣੀ ਕੋਈ ਲਿਖਦਾ, ਉਸ ਕਹਾਣੀ ਨੂੰ ਕਿਵੇਂ ਕਨਸੀਵ ਕਰਦਾ ਇਹ ਉਹਦੀ ਸਮਝ 'ਤੇ ਨਿਰਭਰ ਕਰਦਾ, ਕਿਉਂਕਿ ਜਿਹੜਾ ਲੇਖਕ ਹੈ ਉਹਨੇ ਕਹਾਣੀ 'ਚ ਆਪਣੇ ਨਜ਼ਰੀਏ ਤੋਂ ਕਈ ਮੇਰੀ ਕਹਾਣੀ ਤਾਂ ਜਿੱਥੋਂ ਤੱਕ ਮੈਨੂੰ ਪਤਾ ਮੇਰੀ ਕਹਾਣੀ ਵਿੱਚ ਕਈ ਅੰਤਰਦ੍ਰਿਸ਼ਟੀਆਂ ਹੁੰਦੀਆਂ ਨੇ, ਕਈ ਪਾਸਾਰ ਹੁੰਦੇ ਨੇ, ਕਈ ਪੱਖ ਹੁੰਦੇ ਨੇ ਜਿਨ੍ਹਾਂ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ, ਕਿਉਂਕਿ ਮੇਰੀ ਕਹਾਣੀ ਦਾ ਸੱਚ ਸਤਾ ਉੱਤੇ ਵੀ ਪਿਆ ਹੈ। ਮੇਰੀ ਕਹਾਣੀ ਨੂੰ ਸਮਝਣ ਵਾਸਤੇ ਡੂੰਘ ਵਿੱਚ ਉਤਰਨ ਦੀ ਲੋੜ ਹੈਗੀ, ਔਰ ਡੂੰਘ ਵਿੱਚ ਜਿਹੜਾ ਲੰਮੀ ਡੂੰਘੀ ਚੁੱਭੀ ਮਾਰ ਕੇ ਮੋਤੀ ਲੱਭ ਕੇ ਲਿਆ ਸਕਣ ਵਾਲਾ ਬੰਦਾ ਨਾ, ਉਹ ਹੀ ਮੇਰੇ ਮੋਤੀ ਲੱਭ ਸਕਦਾ, ਉਤਲੀ ਨਜ਼ਰ ਵਾਲੇ ਨੂੰ ਨਹੀਂ ਲੱਭਦੇ। ਉਹ ਡਾਇਰੈਕਟਰ ਦੀ ਵੀ ਸੀਮਾ ਹੁੰਦੀ ਹੈ, ਹੋ ਸਕਦਾ ਮੇਰੀਆਂ ਉਹ ਕਹਾਣੀਆਂ ਦੀ ਜਿਹੜੀ ਇਹ ਜਿਵੇਂ ਕੁਝ ਪੁਰਾਣੇ ਜ਼ਮਾਨਿਆਂ ਵਿੱਚ ਖੂਹ ਦੇ ਵਿੱਚ ਜਦੋਂ ਕੋਈ ਚੀਜ਼ ਡਿੱਗ ਪੈਂਦੀ ਹੁੰਦੀ ਸੀ ਨਾ, ਅਤੇ ਉਹ ਇੱਕ ਹੁੰਦੇ ਸੀ ਕੁੰਡੇ ਰੱਸੇ ਨਾਲ ਪਾ ਕੇ, ਅਤੇ ਕੁੰਡੇ ਜਿਹੜੇ ਥੱਲੇ ਫੇਰਦੇ ਸੀ ਅਤੇ ਉਹਦੇ ਵਿੱਚ ਕੋਈ ਚੀਜ਼ ਜਿਹੜੀ ਸੀ ਨਾ ਉਹ ਬਾਹਰ ਆ, ਇੱਕ ਡੋਲ ਵੀ ਆ ਜਾਂਦਾ ਸੀ, ਕਈ ਵਾਰ ਪੁਰਾਣੀਆਂ ਗਾਨੀਆਂ ਨਿਕਲ ਆਉਂਦੀਆਂ ਸਨ, ਕਿ ਕਿਸੇ ਦੀ ਪੁਰਾਣੇ ਦੀ ਡਿੱਗੀ ਹੋਈ ਛਾਪ ਵੀ ਨਿਕਲ ਆਉਂਦੀ ਸੀਗੀ। ਤਾਂ ਉਹ ਜਿਹੜਾ ਨਾ ਕੁੰਡੀ ਲਾ ਕੇ ਥੱਲਿਓਂ ਕਿਹੜੀ ਚੀਜ਼ ਲੱਭ ਕੇ ਲਿਆਉਂਦਾ, ਕਿ ਲੀਰਾਂ ਲੈ ਆਉਂਦਾ, ਕਿ ਕੋਈ ਗਾਨੀ ਕੱਢ ਕੇ ਲੈ ਆਉਂਦਾ ਵਾ, ਇਹ ਉਹਦੀ ਸਮਰੱਥਾ 'ਤੇ ਨਿਰਭਰ ਕਰਦਾ। ਤਾਂ ਇਹ ਡਾਇਰੈਕਟਰ ਦਾ ਕੰਮ ਹੈਗਾ, ਅੱਗੇ ਕਲਾਕਾਰਾਂ ਦੀ ਗੱਲ ਹੈ ਕਈ ਕੁਝ, ਕਿਉਂਕਿ ਜਿਹਨੂੰ ਕਹਿੰਦੇ ਨਾ ਇੱਕ ਸਮੂਹਿਕ ਕਲਾ ਆ, ਹੈਂ, ਜਿਹਨੂੰ ਕਈ ਜੇ ਕਲਾਕਾਰ ਮਾੜਾ ਆ ਤਾਂ ਵੀ ਗੱਲ ਨਹੀਂ ਬਣ ਸਕਦੀ, ਜੇ ਡਾਇਲਾਗ ਮਾੜੇ ਲਿਖੇ ਗਏ ਤਾਂ ਵੀ ਗੱਲ ਨਹੀਂ ਬਣ ਸਕਦੀ, ਜੇ ਡਾਇਰੈਕਸ਼ਨ ਮਾੜੀ ਆ ਤਾਂ ਵੀ ਗੱਲ ਨਹੀਂ ਬਣ ਸਕਦੀ, ਜੇ ਆਵਾਜ਼ ਹੀ ਨਹੀਂ ਕਿ ਠੀਕ ਆ ਰਹੀ ਤਾਂ ਵੀ ਗੱਲ ਨਹੀਂ ਬਣ ਸਕਦੀ। ਤਾਂ ਮਤਲਬ ਇਹ ਕਈਆਂ ਚੀਜ਼ਾਂ ਦਾ ਮਿਲਗੋਭਾ ਹੈਗਾ, ਔਰ ਸਾਰੀਆਂ ਮੁਕੰਮਲ ਹੋਣੀਆਂ ਚਾਹੀਦੀਆਂ ਤਾਂ ਫਿਲਮ ਬਣਦੀ ਹੈ। ਤਾਂ ਬਾਕੀ ਜੇ ਤੁਸੀਂ ਗੱਲ ਕੀਤੀ ਤੁਹਾਡੀਆਂ ਕਹਾਣੀਆਂ ਦੀ, ਉਹਨੇ ਜਿਹੜੀ ਮਤਲਬ ਕੇਂਦਰੀ ਥੀਮ ਫੜ ਸਕਿਆ ਕਿ ਨਹੀਂ, ਸੈਂਟਰਲ ਥੀਮ, ਉਹ ਉਸ ਤਰੀਕੇ ਨਾਲ ਨਹੀਂ ਫੜ ਸਕੇ ਜਿਸ ਤਰੀਕੇ ਨਾਲ ਮੈਂ ਪੇਸ਼ ਕੀਤੇ ਸੀ, ਪਰ ਇਹਦੇ ਬਾਵਜੂਦ ਇਹ ਆ। ਹਾਂਜੀ ਆਉਂਦੀ ਇਹੋ ਗੱਲ ਮੈਂ ਵੀ ਕਿਹੜਾ ਕਰੀ ਤਾਂ ਇਹ ਹੈ ਕਿ, ਪਰ ਫਿਰ ਵੀ ਇਹ ਹੈ ਕਿ ਤੁਸੀਂ ਕਹਾਣੀਆਂ ਲਿਖੀਆਂ ਅਤੇ ਕਿਸੇ ਨੇ ਇਸ 'ਤੇ ਯੋਗ ਜਾਣੀਆਂ ਕਿ ਇਹਨਾਂ ਉੱਤੇ ਫਿਲਮ ਬਣਾਈ ਜਾਊਗੀ, ਕਿਉਂਕਿ ਹਾਲਾਂਕਿ ਚੌਥੀ ਕੂਟ ਜਿਹੜੀਆਂ ਦੋ ਕਹਾਣੀਆਂ ਮੈਂ ਹੁਣ ਠੀਕ ਠਾਕ ਦੇ ਚੌਥੀ ਕੂਟ ਨੂੰ ਮਿਲ ਕੇ ਬਣੀ, ਔਰ ਉਹ ਪਹਿਲੀ ਪੰਜਾਬੀ ਦੀ ਫਿਲਮ ਸੀ ਜਿਹੜੀ ਕਾਨ ਫਿਲਮ ਫੈਸਟੀਵਲ 'ਚ ਦਿਖਾਈ ਗਈ, ਔਰ ਪਹਿਲੀ ਪੰਜਾਬੀ ਦੀ ਫਿਲਮ ਸੀ ਜਿਹੜੀ ਏਸ਼ੀਆ ਦੀ ਬੈਸਟ ਫਿਲਮ ਸੀ, ਔਰ ਪਹਿਲੀ ਪੰਜਾਬੀ ਦੀ ਫਿਲਮ ਸੀ ਜਿਹੜੀ ਇੰਡੀਆ ਦੀ ਉਸ ਸਾਲ ਦੀ ਸਭ ਤੋਂ ਪਹਿਲੇ ਨੰਬਰ ਦੀ ਫਿਲਮ ਸੀ। ਤਾਂ ਉਹ ਇਸ ਪੱਖੋਂ ਉਹਨੇ ਹੋਰ ਬੜੇ ਵੱਡੇ ਇਨਾਮ ਸਨਮਾਨ ਵੀ ਉਹਨੇ ਦਿੱਤੇ, ਲੱਖਾਂ ਰੁਪਈਆਂ ਦੇ ਇਨਾਮ ਦਿੱਤੇ, ਪਰ ਇਹਦੇ ਬਾਵਜੂਦ ਜਿਹੜਾ ਲੇਖਕ ਆ ਉਹਦੀ ਤਸੱਲੀ ਪੂਰੀ ਨਹੀਂ ਹੈਗੀ, ਪਰ ਨਹੀਂ ਹੈਗੀ ਤਾਂ ਨਾ ਸੀ, ਅਗਲਿਆਂ ਨੂੰ ਵੀ ਠੀਕ ਹੈ, ਉਹਨਾਂ ਦੀ ਕਹਾਣੀ ਚੱਲ ਗਈ। ਇਹਦੀ ਜਮਰਾਉਤ ਦੀ ਸਮੱਸਿਆ ਵੀ ਹੈਗੀ ਆ, ਜਮਰਾਉਤ ਕਹਾਣੀ ਜਿਹੜੀ ਹੈ ਕਿ ਨਹੀਂ ਉਹ ਵੀ ਠੀਕ ਆ, ਛੇਤੀ ਗੱਲ
ਅੱਛਾ ਇਹ ਮੇਰੀ ਮੇਰੀ ਡਾਇਰੈਕਟਰ ਇਹ ਆ ਜਮਰੌਤ ਦੀ ਵੀ ਸਮੱਸਿਆ ਹੈਗੀ ਆ ਉਹ ਜਿਹੜੀ ਗੱਲ ਮੈਂ ਜਿਹੜੇ ਅੰਦਾਜ਼ 'ਚ ਕਹਿਣੀ ਚਾਹੁੰਦਾ ਸੀਗਾ ਉਹਨੇ ਉੱਥੇ ਨਹੀਂ ਕਹੀ ਪਰ ਗੱਲ ਦੀ ਗਿਰੀ ਜਿਹੜੀ ਇਕਣੀ ਉਹ ਪੇਸ਼ ਕੀਤੀ ਉਹਨੇ ਮੇਰਾ ਪਹਿਲਾ ਕਹਾਣੀ ਸੰਗ੍ਰਹਿ 1971 ਵਿੱਚ ਛਪਿਆ ਸੀ ਉਹਦਾ ਨਾਂ ਸੀ ਲੋਹੇ ਦੇ ਹੱਥ ਅਤੇ ਉਸ ਤੋਂ ਪਹਿਲਾਂ ਮੇਰੀਆਂ ਜ਼ਾਹਰ ਹੈ ਪਹਿਲਾਂ ਕਹਾਣੀਆਂ ਛਪੀਆਂ ਹੋਣਗੀਆਂ ਮੇਰੀ 1965 ਦੇ ਵਿੱਚ ਜਾਂ 66 ਵਿੱਚ ਪਹਿਲੀ ਕਹਾਣੀਆਂ ਤਾਂ ਪਹਿਲਾਂ ਵੀ ਲਿਖੀਆਂ ਸੀਗੀਆਂ ਮੈਂ ਪਹਿਲਾਂ ਵੀ ਲਿਖੀਆਂ ਸੀ ਪਰ ਜਿਹਨੂੰ ਮੈਂ ਕਹਿੰਦਾ ਕਿ ਮੇਰੀ ਕਹਾਣੀ ਜਿਹੜੀ ਆ ਵੀ ਉਹ ਸੀ ਸਾਡੇ ਪੰਜਾਬੀ 'ਚ ਇੱਕ ਪਰਚਾ ਪ੍ਰੀਤ ਲੜੀ ਨਾਂ ਦਾ ਛਪਦਾ ਸੀਗਾ ਪ੍ਰੀਤ ਲੜੀ ਵਿੱਚ ਜਿਹੜਾ ਬੰਦਾ ਛਪ ਜਾਂਦਾ ਸੀ ਉਹ ਸਮਝਦੇ ਵੀ ਇਹ ਲੇਖਕ ਬਣ ਗਿਆ ਤੋ ਮੇਰੀ 65 ਵਿੱਚ ਕਹਾਣੀ ਜਿਹੜੀ ਸੀ ਪ੍ਰੀਤ ਲੜੀ ਵਿੱਚ ਛਪਦੀ ਸੀ ਤੋ ਦੂਜਾ ਕਹਾਣੀ ਸੰਗ੍ਰਹਿ ਮੇਰਾ ਜਿਹੜਾ ਉਹ ਛਪਿਆ ਸੀਗਾ 1969 ਵਿੱਚ ਵਕਫਾ ਤੁਸੀਂ ਲਾ ਲਓ ਤੀਜਾ ਕਹਾਣੀ ਸੰਗ੍ਰਹਿ ਮੇਰਾ ਛਪਿਆ ਸੀ 1986 ਵਿੱਚ ਚੌਥਾ ਕਹਾਣੀ ਸੰਗ੍ਰਹਿ ਛਪਿਆ ਸੀਗਾ 1999 ਵਿੱਚ ਜਿਹਦੇ 'ਤੇ ਮੈਨੂੰ ਭਾਰਤੀ ਨੈਸ਼ਨਲ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ ਸੀਗਾ ਅਤੇ ਪੰਜਵਾਂ ਕਹਾਣੀ ਸੰਗ੍ਰਹਿ ਮੇਰਾ ਛਪਿਆ ਸੀਗਾ 23 ਸਾਲ ਬਾਅਦ ਠੀਕ ਹੈ ਨਾ ਤੋ ਮੈਂ ਬਹੁਤ ਘੱਟ ਲਿਖਣ ਵਾਲਾ ਲੇਖਕ ਹਾਂ ਪਰ ਮੇਰਾ ਇਸ ਗੱਲ ਵਿੱਚ ਵਿਸ਼ਵਾਸ ਆ ਕਿ ਤੂੜੀ ਇਕੱਠੀ ਕਰਨ ਦੀ ਜ਼ਰੂਰਤ ਨਹੀਂ ਦਾਣੇ ਹੋਣੇ ਚਾਹੀਦੇ ਨੇ ਠੀਕ ਹੈ ਨਾ ਔਰ ਇਹ ਮੇਰੀ ਖੁਸ਼ਨਸੀਬੀ ਆ ਕਿ ਲੋਕਾਂ ਦੀਆਂ ਪੂਰੀਆਂ ਪੂਰੀਆਂ ਕਿਤਾਬਾਂ ਦੇ ਬਾਰੇ ਕਦੀ ਗੱਲ ਓਨੀ ਨਹੀਂ ਹੋਈ ਜਿੰਨੀ ਮੇਰੀ ਇੱਕ ਇੱਕ ਕਹਾਣੀ ਨੂੰ ਲੈ ਕੇ ਕਈ ਕਈ ਕਿਤਾਬਾਂ ਦੀ ਜਿੰਨੀ ਚਰਚਾ ਹੋਣੀ ਚਾਹੀਦੀ ਹੈ ਨਾ ਓਨੀ ਮੇਰੀ ਇੱਕ ਇੱਕ ਕਹਾਣੀ ਦੀ ਚਰਚਾ ਹੋਈ ਹੈ ਇਹ ਗੱਲ ਮੈਂ ਕਹਿ ਰਿਹਾ ਕਿਉਂਕਿ ਮੈਂ ਆਪਣੇ ਮੂੰਹ ਮੀਆਂ ਮਿੱਠੂ ਬਣ ਰਿਹਾ ਅਤੇ ਜੇ ਇਹ ਮੈਂ ਮੌਕਾ ਦੇ ਦਿੰਦਾ ਅਹਿਮਦ ਰਜ਼ਾ ਪੰਜਾਬੀ ਸਾਹਿਬ ਨੂੰ ਜਿਹੜੇ ਮੇਰੀ ਤਾਰੀਫ ਕਰਦੇ ਨੇ ਅਤੇ ਉਹਨਾਂ ਨੇ ਤੁਹਾਨੂੰ ਇਹ ਕਹਿਣਾ ਸੀ ਕਿ ਵਰਿਆਮ ਸਿੰਘ ਸੰਧੂ ਉਹ ਨੇ ਜਿਨ੍ਹਾਂ ਦੇ ਉੱਤੇ 8 PhD ਹੋਈਆਂ ਨੇ ਅਤੇ 18 MPhil ਹੋ ਚੁੱਕੀਆਂ ਨੇ ਅਤੇ ਇਹਨਾਂ ਬਾਰੇ 8 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਅਤੇ ਇਹ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਨੇ 8ਵੀਂ ਤੋਂ ਲੈ ਕੇ 10ਵੀਂ ਦੇ ਵਿੱਚ ਅੱਜ ਕੱਲ੍ਹ ਮੈਂ ਪਰਸੋਂ ਗੱਲ ਕਰਦਾ ਪਿਆ ਸੀ ਅੰਗ ਸੰਗ ਅਤੇ ਡੁੰਮ ਦੀ ਗੱਲ ਕੀਤੀ 10ਵੀਂ ਦਾ ਜਿਹੜਾ ਸਕੂਲ ਐਜੂਕੇਸ਼ਨ ਬੋਰਡ ਪੰਜਾਬ ਦਾ ਸਿਲੇਬਸ ਆ ਨਾ ਉਹਦੇ ਵਿੱਚ ਪਹਿਲਾਂ ਮੇਰੀ ਕਹਾਣੀ ਡੁੰਮ ਲੱਗੀ ਹੁੰਦੀ ਸੀਗੀ ਅਤੇ ਉਹ 15-20 ਸਾਲ ਉਹ ਲੱਗੀ ਰਹੀ ਅਤੇ ਫਿਰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਉਹਨਾਂ ਨੇ ਬੋਰਡ ਵਾਲਿਆਂ ਨੇ ਹਟਾ ਕੇ ਅਤੇ ਦੂਜੀ ਕਹਾਣੀ ਮੇਰੀ ਐਡ ਕਰਤੀ ਉਹ ਸੀ ਅੰਗ ਸੰਗ ਅਤੇ ਤੁਸੀਂ ਉਹੀ ਤੁਸੀਂ ਦੋ ਕਹਾਣੀਆਂ ਜਿਹੜੀਆਂ ਸੀ ਉਹ ਕਰਦੇ ਪਏ ਤੋ ਮੈਂ ਬੱਚੋ ਮੈਂ ਮਤਲਬ 10ਵੀਂ 'ਚ ਵੀ ਮੇਰੀਆਂ ਕਹਾਣੀਆਂ BA ਦੇ ਸਿਲੇਬਸ ਵਿੱਚ ਵੀ ਮੇਰੀਆਂ ਕਹਾਣੀਆਂ MA ਦੇ ਵਿੱਚ ਵੀ ਮੇਰੀ ਕਿਤਾਬ ਪੜ੍ਹਾਈ ਜਾਂਦੀ MA ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜੰਮੂ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਅਲੀਗੜ੍ਹ ਯੂਨੀਵਰਸਿਟੀ ਜਿੱਥੇ ਜਿੱਥੇ ਵੀ ਪੰਜਾਬੀ ਪੜ੍ਹਾਈ ਜਾਂਦੀ ਆ MA ਦੇ ਵਿੱਚ ਮੈਂ ਪੜ੍ਹਾਇਆ ਜਾਂਦਾ ਉੱਥੇ ਅਤੇ ਦਿਲਚਸਪ ਇਤਫਾਕ ਇਹ ਹੈ ਕਿ ਜਦੋਂ ਮੈਂ ਜਿੰਨੇ ਸਾਲ ਕਾਲਜ ਵਿੱਚ ਪੜ੍ਹਾਉਂਦਾ ਰਿਹਾ ਜਦੋਂ ਮੈਂ ਫਿਕਸ਼ਨ ਪੜ੍ਹਾਉਂਦਾ ਹੁੰਦਾ ਸੀ ਅਤੇ ਮੇਰੀ ਕਿਤਾਬ ਵੀ ਸਿਲੇਬਸ ਵਿੱਚ ਲੱਗੀ ਹੁੰਦੀ ਸੀ ਅਤੇ ਆਪਣੇ ਆਪ ਨੂੰ ਵੀ ਆਪ ਹੀ ਪੜ੍ਹਾਉਂਦਾ ਰਿਹਾ ਅਤੇ ਪੰਜਾਬੀ 'ਚ ਦੋ ਲੇਖਕ ਨੇ ਅੱਛਾ ਅਤੇ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਮੈਂ ਇੱਕ ਤਾਂ ਮੇਰਾ ਵਿਸ਼ਵਾਸ ਇਹ ਸੀ ਕਿ ਮੈਂ ਬਹੁਤਾ ਨਹੀਂ ਲਿਖਦਾ ਮੈਂ ਮੇਰੇ ਅੰਦਰ ਕਹਾਣੀਆਂ ਚੱਲਦੀਆਂ ਨੇ ਜਦੋਂ ਮੈਂ ਕਹਾਣੀ ਨਹੀਂ ਲਿਖ ਰਿਹਾ ਫਿਰ ਮੈਂ ਪ੍ਰੋਜ਼ ਲਿਖਦਾ ਰਿਹਾ ਮੈਂ ਹਿਸਟਰੀ ਲਿਖਦਾ ਰਿਹਾ ਮੈਂ ਹੋਰ ਪਾਸੇ ਕੰਮ ਕੀਤਾ ਮੈਂ ਆਪਣੀਆਂ ਦੋ ਸਵੈ ਜੀਵਨੀਆਂ ਲਿਖੀਆਂ ਹੋਈਆਂ ਨੇ ਹੈਂ ਤਾਂ ਮੈਂ ਕਹਾਣੀ ਉਦੋਂ ਲਿਖਦਾ ਜਦੋਂ ਮੇਰੇ ਅੰਦਰ ਕਹਾਣੀ
ਪੱਕ ਜਾਂਦੀ ਹੈ। ਔਰ ਮੈਨੂੰ ਪਤਾ ਹੁੰਦਾ ਸਾਡਾ ਇੱਕ ਲੇਖਕ ਹੈਗਾ ਪ੍ਰੇਮ ਪ੍ਰਕਾਸ਼, ਉਹਦਾ ਨਾਮ ਵੀ ਬਹੁਤ ਵੱਡਾ ਨਾਂ ਹੈ ਉੱਧਰ, ਅਤੇ ਕਿਸੇ ਵੇਲੇ ਸਾਡਾ ਇੱਕ ਸ਼ਾਇਰ ਹੁੰਦਾ ਸੀ, ਉਹਨੇ ਹਾਸੇ ਹਾਸੇ 'ਚ ਹੀ ਗੱਲ ਕਹਿਤੀ ਸੀ ਕਿ ਸਾਡਾ ਅੱਧਾ ਆਕਾਸ਼ ਵਰਿਆਮ ਸੰਧੂ, ਬਾਕੀ ਅੱਧਾ ਪ੍ਰੇਮ ਪ੍ਰਕਾਸ਼ ਸਾਡਾ। ਵੀ ਪੰਜਾਬੀ ਕਹਾਣੀ ਦਾ ਆਕਾਸ਼ ਦੋ ਬੰਦਿਆਂ ਨੇ ਮੱਲਿਆ ਹੋਇਆ, ਅੱਧਾ ਵਰਿਆਮ ਸੰਧੂ ਕੋਲ ਆ, ਅੱਧਾ ਪ੍ਰੇਮ ਪ੍ਰਕਾਸ਼ ਦੇ ਕੋਲ ਆ। ਅਤੇ ਪਰ ਇਹਦਾ ਬੁਰਾ ਅਸਰ ਇਹ ਹੋਇਆ ਕਿ ਜਿੰਨੇ ਪੰਜਾਬੀ ਦੇ ਕਹਾਣੀਕਾਰ ਸੀ ਉਹ ਸਾਡੇ ਦੁਸ਼ਮਣ ਬਣ ਗਏ। ਉਹ ਕਹਿੰਦੇ ਅੱਛਾ ਇਹ ਇਹਨਾਂ ਨੇ ਸਮਾਨ ਸਾਂਭਿਆ ਅਤੇ ਸਾਂਭੀ ਫਿਰ ਧਰਤੀ ਦੇ ਲੇਖਕ ਤਾਂ ਅਸੀਂ ਹੈਗੇ ਆ ਨਾ, ਠੀਕ ਹੈ। ਇਹ ਗੱਲ ਵੀ ਸੀਗੀ। ਮੈਂ ਇਹ ਕੋਸ਼ਿਸ਼ ਕੀਤੀ ਕਿ ਮੈਂ ਚੰਗਾ ਲਿਖਾਂ, ਥੋੜ੍ਹਾ ਲਿਖਾਂ, ਅਤੇ ਉਹ ਲਿਖਾਂ ਜਿਹੜਾ ਮੇਰੇ ਲੋਕਾਂ ਦੇ, ਮੈਂ ਉਹ ਗੱਲ ਕਹਿਣੀ ਚਾਹੁੰਦਾ ਹਾਂ ਜਿਹੜੀ ਗੱਲ ਮੇਰੇ ਲੋਕਾਂ ਦੀ ਹੋਵੇ, ਉਹਨਾਂ ਦੇ ਦੁੱਖ ਦੀ ਹੋਵੇ। ਉਹ ਇੱਕ ਮੈਂ ਮਿਸਾਲ ਦਿੰਦਾ ਹੁੰਦਾ ਕਿ ਕਹਿੰਦੇ ਕਿ ਮੋਮਬੱਤੀ ਬਲਦੀ ਪਈ ਸੀ ਅਤੇ ਲਾਟ ਬਲਦੀ ਹੈ ਅਤੇ ਨਾਲ ਨਾਲ ਮੋਮ ਪਿਘਲਦੀ ਜਾਂਦੀ ਹੈ, ਅਤੇ ਬਲਦੀ ਹੋਈ ਲਾਟ ਨੇ ਪਿਘਲਦੀ ਜਾਂਦੀ ਮੋਮ ਨੂੰ ਪੁੱਛਿਆ ਕਿ ਸੜਨਾ ਅਤੇ ਬਲਣਾ ਮੇਰੀ ਤਾਂ ਕਿਸਮਤ ਵਿੱਚ ਹੀ ਲਿਖਿਆ ਹੋਇਆ, ਪਰ ਤੂੰ ਕਿਉਂ ਹਰ ਵੇਲੇ ਮੇਰੇ ਨਾਲ ਨਾਲ ਪਿਘਲਦੀ ਰਹਿੰਦੀ? ਅਤੇ ਉਹਨੇ ਮੋਮ ਨੇ ਪਿਘਲਦੀ ਹੋਈ ਮੋਮ ਨੇ ਜਵਾਬ ਦਿੱਤਾ, ਜਿਹਨੂੰ ਆਪਣੀ ਮੁਹੱਬਤ ਦੇ ਨਾਲ ਆਪਣੇ ਸੀਨੇ 'ਚ ਵਸਾਇਆ ਹੋਵੇ ਉਹਦਾ ਸੜਨਾ ਅਤੇ ਬਲਣਾ ਬਰਦਾਸ਼ਤ ਮੈਂ ਕਿਵੇਂ ਕਰ ਸਕਦੀ ਹਾਂ? ਮੈਂ ਕਹਿੰਦਾ ਹੁੰਦਾ ਕਿ ਮੇਰੇ ਲੋਕ ਜਿਹੜੇ ਨੇ ਉਹਨਾਂ ਦੇ ਦੁੱਖ ਦਰਦ ਜਿਹੜੇ ਨੇ ਉਹ ਮੇਰੇ ਅੰਦਰ ਉਸ ਲਾਟ ਵਾਂਗ ਬਲਦੇ ਨੇ, ਔਰ ਮੇਰੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਦੀ ਉਸ ਦੁੱਖ ਦੀ ਲਾਟ ਦੇ ਨਾਲ ਪਿਘਲੀ ਹੋਈ ਮੋਮ ਦੇ ਬਣ ਕੇ ਅੱਖਰਾਂ ਦੇ ਰੂਪ ਵਿੱਚ ਕਿਤਾਬਾਂ ਉੱਤੇ ਛਾਪਦੇ ਨੇ। ਮੈਂ ਮੇਰਾ ਜਿਹੜਾ ਲਿਖਣ ਦਾ ਮਕਸਦ ਇਹ ਹੈਗਾ, ਜਿਹੜੇ ਲੋਕ ਕਹਿੰਦੇ ਕਿ ਅਸੀਂ ਆਪਣੇ ਅੰਦਰਲੇ ਨੂੰ ਫਰੋਲਦੇ ਹਾਂ ਜੀ, ਅਸੀਂ ਆਪਣੇ ਲੁਕੀਆਂ ਹੋਈਆਂ ਪਰਤਾਂ ਨੂੰ ਪੇਸ਼ ਕਰਦੇ ਹਾਂ ਜੀ, ਤਾਂ ਉਹ ਵੀ ਕਰਨੀਆਂ ਚਾਹੀਦੀਆਂ ਨੇ, ਪਰ ਅੰਦਰਲੀਆਂ ਪਰਤਾਂ ਦੇ ਨਾਂ ਉੱਤੇ ਅੱਜ ਕੱਲ੍ਹ ਅੰਦਰਲੇ ਗੰਦ ਨੂੰ ਫਰੋਲਣਾ, ਮਤਲਬ ਪਿਛਲੇ ਸਮੇਂ ਦੇ ਵਿੱਚ ਕੁਝ ਕਹਾਣੀਆਂ ਤੁਹਾਡੇ ਵੀ ਇੱਧਰ ਕੁਝ ਲੇਖਕਾਂ ਨੇ ਲਿਖੀਆਂ ਹੋਈਆਂ ਨੇ, ਇਸ ਤਰ੍ਹਾਂ ਦੀਆਂ ਕਹਾਣੀ। ਅਸੀਂ ਇਹ ਨਹੀਂ ਕਹਿੰਦੇ ਕਿ ਰੋਟੀ ਤੋਂ ਬਾਅਦ ਸੈਕਸ ਦੂਜੀ ਵੱਡੀ ਲੋੜ ਆ ਮਨੁੱਖ ਦੀ, ਔਰ ਜਿਨ੍ਹਾਂ ਦੀ ਸੈਕਸ ਦੀ ਤ੍ਰਿਪਤੀ ਠੀਕ ਤਰੀਕੇ ਨਾਲ ਨਹੀਂ ਹੁੰਦੀ ਉਹ ਬੜੀਆਂ ਮਾਨਸਿਕ ਮਨੋਵਿਕਾਰਾਂ ਦੇ, ਦੁੱਖਾਂ ਦੇ, ਰੋਗਾਂ ਦੇ ਸ਼ਿਕਾਰ ਵੀ ਹੋ ਸਕਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਅਸੀਂ ਕਹਿੰਦੇ ਹਾਂ ਕਿ ਇਹੋ ਜਿਹੀਆਂ ਵਿਕ੍ਰਿਤੀਆਂ ਨੂੰ ਵੀ ਪੇਸ਼ ਕੀਤਾ ਜਾਣਾ ਚਾਹੀਦਾ ਆ। ਮੈਂ ਕੋਈ ਸਾਧੂਵਾਦੀ ਨੈਤਿਕਤਾ ਵਾਲਾ ਬੰਦਾ ਨਹੀਂ ਹੈਗਾ ਕਿ ਮੈਨੂੰ ਸਾਧ ਹੈਗਾ ਆ, ਨਹੀਂ, ਪਰ ਮੈਂ ਕਹਿ ਰਿਹਾ ਤੁਸੀਂ ਸੈਕਸ ਦੀ ਗੱਲ ਕਰੋ, ਹਰ ਰਿਸ਼ਤੇ ਦੀ ਗੱਲ ਕਰੋ, ਜਿਹੜੇ ਰਿਸ਼ਤੇ ਇਲੀਗਲ ਤੁਹਾਨੂੰ ਲੱਗਦੇ ਆ ਉਹਨਾਂ ਦੀ ਵੀ ਗੱਲ ਕਰੋ, ਬੇਸ਼ੱਕ ਕਰੋ, ਪਰ ਲਿਟਰੇਚਰ ਨੇ ਤੁਹਾਨੂੰ ਬੰਦਾ ਬਣਾਉਣਾ ਹੈ, ਤੁਹਾਡੇ ਅੰਦਰੋਂ ਮਾੜਾ ਕੁਝ ਝਾੜ ਕੇ ਤੁਹਾਡੇ ਵਿੱਚ ਕੁਝ ਚੰਗਾ ਜੋੜਨਾ ਹੈ। ਅਤੇ ਤੁਸੀਂ ਜੇ ਕਹੋ ਪਏ ਅਸੀਂ ਤਾਂ ਜੀ ਆਪਣੇ ਅੰਦਰਲੇ ਨੂੰ ਫਰੋਲਦੇ ਪਏ ਹਾਂ, ਅਤੇ ਅੰਦਰਲੇ ਨੂੰ ਫਰੋਲਣ ਦੇ ਨਾਂ ਦੇ ਉੱਤੇ ਤੁਸੀਂ ਪਿਓ ਧੀ ਦੇ ਰਿਸ਼ਤੇ ਨੂੰ ਬਿਆਨ ਕਰਦੇ ਪਏ ਹੋ, ਤੁਸੀਂ ਮਾਂ ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦੇ ਪਏ ਹੋ, ਤੁਸੀਂ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਦੇ ਹੋ, ਤੁਸੀਂ ਦਾਦੇ ਪੋਤੇ ਦੇ ਰਿਸ਼ਤੇ ਨੂੰ ਬਿਆਨ, ਕੋਈ ਹੋਵੇਗੀ ਬਿਲਕੁਲ ਇਸ ਤਰ੍ਹਾਂ ਦੇ ਰਿਸ਼ਤੇ ਗੰਦੇ ਹੋਣਗੇ, ਗਲੀਜ਼ ਹੋਣਗੇ, ਮੈਂ ਕਹਿੰਦਾ ਉਹਨਾਂ ਨੂੰ ਵੀ ਪੇਸ਼ ਕਰੋ, ਪੇਸ਼ ਇਸ ਤਰੀਕੇ ਨਾਲ ਕਰੋ ਕਿ ਤੁਹਾਨੂੰ
ਉਹਨਾਂ ਨੂੰ ਪੜ੍ਹਦੇ ਹੋਇਆਂ ਉਸ ਰਿਸ਼ਤੇ ਦੀ ਗਲਾਜ਼ਤ ਜਿਹੜੀ ਆ ਨਾ ਉਹ ਬੁਰੀ ਲੱਗੇ, ਤੁਹਾਨੂੰ ਲੱਗੇ ਵੀ ਇਹਨਾਂ ਲੋਕਾਂ ਨੇ ਕਿਉਂ ਕੀਤਾ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਪਰ ਜਦੋਂ ਤੁਸੀਂ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਹੋ ਕਿ ਇਹ ਤਾਂ ਜੀ ਦੇਖੋ ਇਹ ਤਾਂ ਹਕੀਕਤ ਹੈਗੀ ਜੀ, ਜ਼ਿੰਦਗੀ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੁੰਦਾ ਹੈ ਜੀ, ਇਹਦਾ ਮਤਲਬ ਇਹ ਆ ਕਿ ਤੁਸੀਂ ਜਿਹੜਾ ਲੇਖ ਜਿਹੜਾ ਸਾਹਿਤ ਦਾ ਕੰਮ ਲਿਟਰੇਚਰ ਦਾ ਕੰਮ ਸੀ ਕਿ ਉਹਨੇ ਬੰਦਾ ਬਣਾਉਣਾ ਆ, ਅਤੇ ਜੇ ਤੁਸੀਂ ਅੰਦਰਲੀ ਗੰਦ ਨੂੰ ਫਰੋਲ ਕੇ, ਚਾਹੀਦਾ ਤਾਂ ਇਹ ਸੀ ਕਿ ਕੋਈ ਰਚਨਾ ਪੜ੍ਹਦੇ ਤੁਸੀਂ ਤਾਂ ਤੁਹਾਡੇ ਅੰਦਰਲਾ ਗੰਦ ਪੂੰਝ ਕੇ ਅਤੇ ਪਾਸੇ ਸੁੱਟ ਦਿੱਤਾ ਜਾਵੇ ਅਤੇ ਤੁਹਾਡੇ ਅੰਦਰ ਨੂੰ ਲਿਸ਼ਕਾ ਕੇ ਧੋ ਕੇ ਸਾਫ਼ ਕਰ ਦੇਵੇ ਲਿਟਰੇਚਰ, ਅਤੇ ਜੇ ਤੁਸੀਂ ਉਹ ਗੰਦ ਜਿਹੜਾ ਹੈ ਕਿ ਨਹੀਂ ਉਹ ਪੇਸ਼ ਕਰਕੇ ਅਤੇ ਪਾਠਕ ਅਤੇ ਪੜ੍ਹਨ ਵਾਲੇ ਦੇ ਮੂੰਹ ਦੇ ਉੱਤੇ ਫੇਰ ਦੇਣਾ ਆ ਅਤੇ ਦੁਰ ਫਿੱਟੇ ਵੀ ਇਹੋ ਜਿਹੀ ਰਚਨਾ ਕਰਨ ਦਿਓ, ਅਤੇ ਸਾਡੇ ਲੇਖਕ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਰਚਨਾਵਾਂ ਕਰ ਰਹੇ ਨੇ। ਅਤੇ ਮੈਂ ਪਬਲਿਕਲੀ ਵੀ ਇਸ ਗੱਲ ਦਾ ਵਿਰੋਧ ਕੀਤਾ, ਬੜਾ ਡੱਟ ਕੇ ਹੁਣ ਵੀ ਕਰਦਾ। ਮੈਂ ਇਹ ਕਹਿੰਦਾ ਕਿ ਲਿਟਰੇਚਰ ਉਹ ਆ, ਮੈਂ ਆਖਰੀ ਗੱਲ ਆਪਣੀ ਜਿਹੜੀ ਜਿੱਥੋਂ ਮੈਂ ਕਈ ਵਾਰ ਸ਼ੁਰੂ ਕਰਦਾ ਉੱਥੇ ਮੈਂ ਗੱਲ ਆਪਣੀ ਮੁਕਾਉਣ ਲੱਗਾ। ਮੈਂ ਇਹ ਗੱਲ ਇੱਥੋਂ ਸ਼ੁਰੂ ਕਰਦਾ ਨਾ ਆਪਣੇ ਕਿਸੇ ਰੂਬਰੂ ਵਿੱਚ। ਮੈਂ ਕਹਿੰਦਾ ਕਿ ਮੇਰਾ ਪਿਓ ਜਿਹੜਾ ਸੀ ਮੈਨੂੰ ਪਹਿਲੇ ਦਿਨ ਸਕੂਲ ਲੈ ਕੇ ਗਿਆ, ਮੈਂ ਉਹਦੀ ਉਂਗਲ ਫੜੀ ਹੋਈ ਸੀ, ਰਸਤੇ 'ਚ ਕੋਈ ਸ਼ਰੀਕ ਮਿਲਿਆ, ਉਹ ਮੇਰੇ ਪਿਓ ਨੂੰ ਪੁੱਛਦਾ ਦਦਾਰ ਸਿਆ ਮੁੰਡੇ ਨੂੰ ਕਿੱਥੇ ਲੈ ਕੇ ਚੱਲਿਆ, ਸਕੂਲੇ ਪੜ੍ਹਨੇ ਪਾਉਣ ਚੱਲਿਆ? ਉਹ ਕਹਿੰਦਾ ਆਹੋ ਭਾਊ ਜੀ ਸਕੂਲੇ ਪੜ੍ਹਨੇ ਪਾਉਣ ਚੱਲਿਆ। ਉਹ ਕਹਿੰਦਾ ਇਹਨੂੰ ਪੜ੍ਹਾ ਕੇ ਕੀ ਬਣਾਉਣਾ ਈ? ਮੇਰੇ ਪਿਓ ਨੇ ਆਖਿਆ ਭਾਊ ਜੀ ਇਹ ਪੜ੍ਹ ਕੇ ਕੁਝ ਵੀ ਨਾ ਬਣੇ। ਮੈਂ ਕਹਿੰਦਾ ਇਹ ਪੜ੍ਹ ਕੇ ਬੰਦਾ ਹੀ ਬਣ ਜਾਏ ਮੇਰੇ ਵਾਸਤੇ ਇਹਦੀ ਬੜੀ ਗੱਲ। ਮੈਨੂੰ ਇੰਨੀ ਗੱਲ ਤਾਂ ਕੋਈ ਨਹੀਂ ਸੀ ਪਤਾ ਕਿ ਬੰਦਾ ਪੜ੍ਹਨਾ ਕੀ ਹੁੰਦਾ, ਪਰ ਕਿਉਂਕਿ ਉਹ ਸ਼ਰੀਕਾ ਸਾਡੇ ਭਾਈਚਾਰੇ 'ਚੋਂ ਸੀਗਾ, ਉਹਨੇ ਜਦੋਂ ਕਿਤੇ ਘਰ ਆਉਣਾ ਉਹਨੇ ਬਖੌਲ ਲੈ ਕਹਿਣਾ ਕਿ ਉਹ ਇਹ ਕਦੋਂ ਬੰਦਾ ਬਣਨਾ ਹੈ, ਕਿਉਂ ਇਹ ਕਦੋਂ ਬੰਦਾ ਬਣਨਾ ਜੀ ਹੈਂ। ਅਤੇ ਮੈਂ ਉਹਦੀ ਇਹ ਗੱਲ ਸੁਣਦਾ ਸੁਣਦਾ ਮੈਂ 8ਵੀਂ 'ਚ ਹੋ ਗਿਆ, ਮੈਂ 10ਵੀਂ 'ਚ ਹੋ ਗਿਆ, ਅਤੇ ਫਿਰ ਮੈਨੂੰ ਇਹ ਪਤਾ ਲੱਗ ਗਿਆ ਕਿ ਬੰਦਾ ਬਣਨਾ ਹੈ ਕੀ ਆ, ਠੀਕ ਹੈ ਨਾ। ਕਿਉਂਕਿ ਹਾਂਜੀ ਮੇਰੇ ਪਤਾ ਲੱਗਿਆ ਵੀ ਆਹ ਕੁਛ ਹੁੰਦਾ, ਬੰਦਾ ਬਣਨ ਦਾ ਮਤਲਬ ਇਹ ਆ ਇਨਸਾਨ ਬਣਨਾ, ਬੰਦਾ ਬਦਲਦਾ ਇਹ ਆ ਮੁਹੱਬਤ ਪਿਆਰ ਰਵਾਦਾਰੀ ਪਰਉਪਕਾਰ ਤਿਆਗ ਦੂਜਿਆਂ ਦੇ ਕੰਮ ਆਉਣਾ ਦੂਜੇ ਦੇ ਦਰਦ ਦੇ ਵਿੱਚ ਭਿੱਜ ਜਾਣਾ ਇਹ ਬੰਦਾ ਬਣਨਾ ਹੁੰਦਾ ਆ। ਅਤੇ ਮੈਨੂੰ ਨਹੀਂ ਪਤਾ, ਮੈਂ ਕਹਿੰਦਾ ਹੁੰਦਾ ਕਿ ਮੈਨੂੰ ਨਹੀਂ ਪਤਾ ਮੈਂ ਬੰਦਾ ਬਣ ਸਕਿਆ ਕਿ ਨਹੀਂ ਬਣ ਸਕਿਆ, ਪਰ ਸਾਰੀ ਉਮਰ ਮੇਰੀ ਕੋਸ਼ਿਸ਼ ਰਹੀ ਆ ਕਿ ਮੈਂ ਬੰਦਾ ਬਣਨ ਦੀ ਕੋਸ਼ਿਸ਼ ਨਹੀਂ ਕਦੀ ਛੱਡੀ, ਚੰਗਾ ਬੰਦਾ ਬਣਨ ਦੀ। ਤਾਂ ਲਿਟਰੇਚਰ ਦਾ ਮਕਸਦ ਹੀ ਇਹੋ ਆ। ਹੁੰਦਾ ਸੀ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ, ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ, ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਦੀ ਭੀੜ ਵਿੱਚ ਰੱਬ ਢੂੰਡਦਾ ਫਿਰੇ ਮੇਰਾ ਬੰਦਾ ਕਿੱਧਰ ਗਿਆ। ਅਸੀਂ ਹਿੰਦੂ ਸਿੱਖ ਅਤੇ ਮੁਸਲਮਾਨ ਬਣ ਗਏ ਹਾਂ, ਅਸੀਂ ਬੰਦੇ ਨਹੀਂ ਬਣੇ। ਬੰਦਾ ਬਣਨਾ ਸਾਡੀ ਸ਼ਰਤ ਹੈ, ਬੰਦਾ ਬਣਾਉਣਾ ਲਿਟਰੇਚਰ ਦੀ ਸ਼ਰਤ ਹੈ। ਜਿਹੜਾ ਲਿਟਰੇਚਰ ਬੰਦਾ ਨਹੀਂ ਬਣਾਉਂਦਾ, ਸਾਡੇ ਅੰਦਰਲੇ ਰਾਕਸ਼ਿਸ਼ ਨੂੰ ਨਹੀਂ ਮਾਰਦਾ, ਸਾਡੇ ਅੰਦਰ ਇਹ ਬਲਬੀਰ ਸਿੰਘ ਨੂੰ ਨਹੀਂ ਮਾਰਦਾ ਜਿਹਦਾ ਮੈਡਮ ਸ਼ਬਦ ਨੂੰ ਜ਼ਿਕਰ ਕਰਦੇ ਪਏ ਸਨ, ਅਤੇ ਉਹ ਲਿਖਣ ਦਾ ਕੋਈ ਅਰਥ ਨਹੀਂ ਹੈਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਪੁੱਤਰੋ ਤੁਹਾਡਾ ਬੱਚਿਓ ਬੱਚਿਓ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਬੱਟੂ ਸਾਹਿਬ ਦਾ, ਔਰ ਇਹ ਦੂਜੇ ਬੱਟੂ ਸਾਹਿਬ ਦੇ, ਇਹਨਾਂ ਦਾ ਧੰਨਵਾਦੀ ਹਾਂ, ਪ੍ਰਿੰਸ ਸਾਹਿਬ ਦਾ, ਬੀਬੀਆਂ ਸਾਰੀਆਂ ਦਾ ਹੀ, ਤੁਹਾਡਾ ਸਭਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਖਾਲਦ ਫਰਹਾਦ ਮੇਰਾ ਅਜ਼ੀਜ਼ ਹੈ, ਮੇਰਾ ਬੱਚਾ ਹੈ, ਇਹਨੂੰ ਮੁਹੱਬਤ ਕਰਦਾ ਪਿਆਰ ਕਰਦਾ, ਦੂਰੋਂ ਚੱਲ ਕੇ ਆ ਮੈਨੂੰ ਮਿਲਣ ਵਾਸਤੇ, ਇਹਨੂੰ ਵੀ ਮੇਰੀ ਜੱਫੀ ਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।